ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ ਟੂ ਦਾ ਪੁਆਇੰਟ ਵਿੱਚ। ਪਤੀ ਪਤਨੀ ਅਤੇ ਉਹ ਅਕਸਰ ਇਹਨਾਂ ਦੀਆਂ ਸਿਰਫ ਖਬਰਾਂ ਆਉਂਦੀਆਂ, ਚਰਚਾ ਘੱਟ ਹੁੰਦੀ ਹੈ, ਕਿਉਂਕਿ ਚਰਚਾ ਇਸ 'ਤੇ ਕਰਨੀ ਬਣਦੀ ਹੈ ਕੀ ਹੈ, ਪਰ ਚਰਚਾ ਕੀਤੀ ਨਹੀਂ ਜਾਂਦੀ ਕਿਉਂਕਿ ਕਹਿੰਦੇ ਇਸ ਵਿੱਚੋਂ ਨਿਕਲਣਾ ਕੁਛ ਨਹੀਂ, ਇਹ ਤਾਂ ਸਭ ਕੁਝ ਚੱਲਦਾ ਹੀ ਰਹਿਣਾ। ਪਰ IPC ਦੀ ਧਾਰਾ 497 ਜਿਹੜੀ 158 ਸਾਲ ਪੁਰਾਣੀ ਹੈ, ਸੁਪਰੀਮ ਕੋਰਟ ਉਹਨਾਂ 'ਤੇ ਫੈਸਲਾ ਸੁਣਾਉਂਦਾ ਅਤੇ ਉਸ ਫੈਸਲੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਔਰਤ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਗਿਆ। ਅਤੇ ਸਵਾਲ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਹੈ ਕਿ ਹੈ ਇਸ ਮੁੱਦੇ 'ਤੇ, ਇਸ 'ਤੇ ਚਰਚਾ ਕਰਨੀ ਬਣਦੀ ਹੈਗੀ ਹੈ, ਕਿਉਂਕਿ ਕਈ ਚੀਜ਼ਾਂ ਜਾਗਰੂਕਤਾ ਵਾਸਤੇ ਹੁੰਦੀਆਂ, ਕਈ ਚੀਜ਼ਾਂ ਸਮਾਜਿਕ ਤਾਣੇ ਬਾਣੇ ਦੀ ਦ੍ਰਿਸ਼ਟੀਕੋਣ ਦੇ ਅਸਰ ਕੀ ਹੁੰਦਾ ਉਸ ਵਾਸਤੇ ਹੁੰਦੀ ਹੈ, ਇਸ ਕਰਕੇ ਚਰਚਾ ਕਰਨੀ ਬਣਦੀ ਹੈ। ਸਵਾਲ ਇੱਕੋ ਪੁੱਛਾਂਗੇ ਇਸ ਮਰਜ਼ੀ ਦੇ ਮਾਇਨੇ ਕੀ। ਅਡਲਟਰੀ ਮਾਫ਼ ਕਰਨਾ, ਇਹੋ ਜਿਹਾ ਸ਼ਬਦ ਹੈਗਾ ਜਿਹਦੇ ਵਿੱਚ ਸਭ ਉਲਝਣ ਵਿੱਚ ਫਸ ਜਾਂਦੇ ਆ, ਅਤੇ ਮੈਂ ਵੀ ਉਲਝਣ ਵਿੱਚ ਫਸ ਗਿਆ ਸੀ ਜਦੋਂ ਮੈਂ ਸ਼ਬਦ ਬੋਲਦਾ ਪਿਆ ਸੀਗਾ। ਪਰ ਇਸ ਸਭ ਉਲਝਣ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਉਲਝਣ ਨੂੰ ਦੂਰ ਕਰ ਦਿੱਤਾ ਹੈ। ਅੱਜ ਬਹਿਸ ਇਸੇ ਕਰਕੇ ਕਰ ਰਹੇ ਅਸੀਂ, ਬਹਿਸ ਕਿਉਂ ਕਰ ਰਹੇ ਤੁਹਾਨੂੰ ਬਿੰਦੂ ਦੱਸ ਦਈਏ। ਅਡਲਟਰੀ ਅਪਰਾਧ ਨਹੀਂ ਹੋ ਸਕਦਾ, ਸੁਪਰੀਮ ਕੋਰਟ ਨੇ ਕਿਹਾ ਕਿਸੇ ਨੂੰ ਸਿਰਫ ਨਵਾਂ ਸਾਥੀ ਚੁਣਨ 'ਤੇ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਚੀਨ, ਜਾਪਾਨ, ਆਸਟ੍ਰੇਲੀਆ ਜਿਹੇ ਕਈ ਦੇਸ਼ਾਂ 'ਚ ਅਡਲਟਰੀ ਅਪਰਾਧ ਨਹੀਂ ਹੈ। ਧਾਰਾ 497 ਮਰਦਾਂ ਨੂੰ ਮਨ ਮਰਜ਼ੀ ਦੇ ਅਧਿਕਾਰ ਦਿੰਦੀ ਹੈ, ਪਤੀ ਆਪਣੀ ਪਤਨੀ ਦਾ ਮਾਲਕ ਨਹੀਂ ਹੈ, ਸੁਪਰੀਮ ਕੋਰਟ ਨੇ ਵੀ ਕਿਹਾ। ਔਰਤ ਦੀ ਮਾਣ ਮਰਿਆਦਾ ਸਭ ਤੋਂ ਉੱਪਰ ਹੈ, ਸੁਪਰੀਮ ਕੋਰਟ ਇਹ ਵੀ ਕਹਿੰਦਾ, ਅਤੇ ਬਰਾਬਰੀ ਦਾ ਅਧਿਕਾਰ ਸਭ ਤੋਂ ਅਹਿਮ ਹੈ, ਸੁਪਰੀਮ ਕੋਰਟ ਨੇ ਇਹ ਵੀ ਕਿਹਾ। ਅਤੇ ਇਸ ਸਭ 'ਤੇ ਬਿਆਨਬਾਜ਼ੀ ਹੋਣੀ ਲਾਜ਼ਮੀ ਸੀ, ਬਿਆਨਬਾਜ਼ੀ ਹੋਈ। ਪਟੀਸ਼ਨਕਰਤਾ ਦੇ ਵਕੀਲ ਕੀ ਕਹਿੰਦੇ ਆ, ਅਤੇ ਜਿਹੜੇ ਮਹਿਲਾ ਅਧਿਕਾਰਾਂ ਦੀ ਰੱਖਿਆ ਕਰਦੇ ਉਹ ਕੀ ਕਹਿੰਦਾ, ਮਹਿਲਾ ਕਮਿਸ਼ਨ ਕੀ ਕਹਿੰਦਾ, ਅਤੇ ਸਿਆਸਤ ਕੀ ਕਹਿੰਦੀ ਹੈ, ਉਹ ਪਹਿਲਾਂ ਸੁਣ ਲਈਏ। 377 ਔਰ 497 ਕੋ ਸੁਪਰੀਮ ਕੋਰਟ ਨੇ ਅਨਕੋਨਸਟੀਟਿਊਸ਼ਨਲ ਕਰਾਰ ਦੇ ਦਿਆ ਔਰ ਉਸਕੋ ਡੀਕ੍ਰਿਮੀਨਲਾਈਜ਼ ਕਰ ਦਿਆ, ਤੋ ਫਿਰ ਯੇ ਮੋਦੀ ਸਰਕਾਰ ਟ੍ਰਿਪਲ ਤਲਾਕ ਕੋ ਕ੍ਰਿਮੀਨਲਾਈਜ਼ ਕਿਉਂ ਕਰ ਰਹੀ ਹੈ? ਮੇਰਾ ਸਵਾਲ ਉਨਸੇ ਹੈ। ਔਰ ਸੁਪਰੀਮ ਕੋਰਟ ਨੇ ਤੋ ਟ੍ਰਿਪਲ ਤਲਾਕ ਕੋ ਜੋ ਜਜਮੈਂਟ ਦਿਆ ਉਸਮੇ ਤੋ ਉਸਕੋ ਨਹੀਂ ਕਹਾ ਪੀਨਲ ਪ੍ਰੋਵੀਜ਼ਨ ਲੇਕਰ ਆਈ ਹੈ। ਹਮ ਯੇ ਕਹਿ ਰਹੇ ਹੈ ਕਿ ਹੋਸ਼ ਕੇ ਨਾਖੁਨ ਲੋ ਔਰ ਯੇ ਜਜਮੈਂਟ ਸੇ ਸੀਖੋ। ਜਬ 377 ਔਰ 497 ਅਨਕੋਨਸਟੀਟਿਊਸ਼ਨਲ ਕਰਾਰ ਦੇ ਦਿਆ ਗਿਆ ਹੈ, ਤੋ ਫਿਰ ਆਪ ਟ੍ਰਿਪਲ ਤਲਾਕ ਕੋ ਕ੍ਰਿਮੀਨਲਾਈਜ਼ ਕਿਉਂ ਕਰ ਰਹੇ ਹੈਂ? ਮੁਝੇ ਖੁਸ਼ੀ ਹੈ ਕਿ ਆਜ ਹਮਨੇ ਇਸਕਾ ਇਸੇ ਖਤਮ ਕੀਆ ਔਰ ਕੁਛ ਨਏ ਰਾਸਤੇ ਪੇ ਚਲੀ ਹੈ ਕੰਟਰੀ। ਹਮ ਪਹਿਲੇ ਸੇ ਕਹਤੇ ਹਮੇ ਇਕੁਅਲ ਰਾਈਟਸ ਹੈ ਵਿਮੈਨ ਕੋ, ਲੇਕਿਨ ਕੁਛ ਐਸੇ ਲਾਜ਼ ਥੇ ਜੋ ਇਕੁਐਲਿਟੀ ਕਹੀਂ ਦਿਖਤੀ ਨਹੀਂ ਥੀ ਵਹਾਂ ਪਰ। ਫਾਈਨਲੀ ਵੀ ਆਰ ਥਿੰਕਿੰਗ ਔਨ ਦ ਇਕੁਅਲ ਟਰਮਸ, ਇਟਸ ਗੁੱਡ। ਮੈਮ ਆਪਕੋ ਕਿਆ ਲੱਗਤਾ ਹੈ ਇਸ ਜਜਮੈਂਟ ਕੇ ਸਾਥ ਸਾਥ ਹਮ ਇੱਕ ਕਦਮ ਇੰਡੀਆ ਇੱਕ ਕਦਮ ਆਗੇ ਬੜੀ ਇਕੁਐਲਿਟੀ ਕੇ ਤਰਫ? ਹਮ ਇਕੁਅਲ ਥੇ ਲਾਅ ਔਰ ਹਮਾਰੇ ਕਾਂਸਟੀਟਿਊਸ਼ਨ ਨੇ ਇਕੁਐਲਿਟੀ ਦੀ ਵੀ ਹੈ, ਲੇਕਿਨ ਕਹੀਂ ਨਾ ਕਹੀਂ ਇਹ ਛੂਟ ਗਿਆ ਯੇ ਵਾਲੇ ਲਾਜ਼ ਜੋ ਚੇਂਜ ਨਹੀਂ ਹੋਏ ਥੇ। ਅਬ ਯੇ ਚੇਂਜ ਹੋ ਰਹੇ ਹੈਂ ਔਰ ਸੁਪਰੀਮ ਕੋਰਟ ਇਸਕੀ ਤਰਫ ਧਿਆਨ ਦੇ ਰਹਾ ਹੈ, ਮੁਝੇ ਖੁਸ਼ੀ ਹੈ ਇਸ ਬਾਤ ਪੇ। ਹੇਅਰ ਆਫਟਰ ਐਸ ਦ ਇੰਪੈਕਟ ਆਫ ਦ ਜਜਮੈਂਟ Nobody in the country can be prosecuted on the ground of adultery, labeling it as a criminal offense. The court has said that section 497 of the Indian Penal Code is quite archaic and colonial, and that cannot stand the test of times or the test of constitutional principles. The court has said that it discriminates against women directly and indirectly. It takes women as a mere chattel or property of the husband for the reason that according to the section adultery hun aparadh nahi hoga. Sawal ki puchhange, bada sawal assi eh puchhange is charcha de vich, sawal assi puchhange adultery te supreme court de faisle da samajik tanche je ki asar hovega, kyunki samajik tana bana us te asar hona lazmi hai ka, te us te ki asar hovega, bharat ek kadam agge vadh gaya hai ka ਇਸ ਫੈਸਲੇ ਨਾਲ ਕਿ ਨਹੀਂ ਵਧਿਆ? ਸਵਾਲ ਬਹੁਤ ਸਾਰੇ ਹੈਗੇ ਆ ਇਸ ਚਰਚਾ ਦੇ ਵਿੱਚ। ਸਾਡੇ ਜਿਹੜੇ ਮਹਿਮਾਨ ਆ ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਅਦਿਤੀ ਸ਼ਰਨ ਇਹ ਵਕੀਲ ਦੇ ਤੌਰ 'ਤੇ ਸਾਡਾ ਮੌਜੂਦ ਹੈ, ਇੱਕ ਮਹਿਲਾ ਦੇ ਤੌਰ 'ਤੇ, ਇੱਕ ਵਕੀਲ ਦੇ ਤੌਰ 'ਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਫੈਸਲੇ ਦਾ ਮਤਲਬ ਹੈ ਕੀ ਹੈ। ਅਦਿਤੀ ਸ਼ਰਨ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਮੇਜਰ AP ਸੁਨਵਾਰੀਆ ਭਾਰਤੀ ਜਨਤਾ ਪਾਰਟੀ ਨੂੰ ਨੁਮਾਇੰਦਗੀ ਕਰਦੇ ਆ, ਸੁਨਵਾਰੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਵਿਨੋਦ ਕੁਮਾਰ ਸੋਸ਼ੋਲੋਜੀ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਸਮਾਜ ਸ਼ਾਸਤਰੀ ਨੇ, ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਵਿੱਚ, ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਲੇ ਯੂਥ ਹੈ ਜਿਹੜਾ ਉਹ ਕੀ ਸੋਚਦਾ ਹੈਗਾ। ਵਿਨੋਦ ਕੁਮਾਰ ਤੁਹਾਡਾ ਬਹੁਤ ਸਵਾਗਤ ਹੈ। ਵਿਜੇ ਭਾਰਦਵਾਜ ਜੀ ਇਹ ਅੱਜ ਕੱਲ੍ਹ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵਿੱਚ ਨੇ, ਅਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੜਾ ਦਲ ਹੈਗਾ ਵੱਖਰੀ ਧਾਰਾ ਦੇ ਵਿੱਚ ਯਕੀਨ ਕਰਦਾ ਹੈਗਾ। ਇਹ ਸਾਰੇ ਕਹਿੰਦੇ ਹੈਗੇ ਆ, ਪਰ ਇਹ ਕਹਿੰਦੇ ਆ ਅਸੀਂ ਸੰਸਕ੍ਰਿਤ ਦੇ ਵਿੱਚ ਯਕੀਨ ਕਰਦੇ ਹਾਂ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਸੱਭਿਆਚਾਰ ਦੀ ਇਹ ਗੱਲ ਕਰਦੇ ਪਏ। ਵਿਜੇ ਭਾਰਦਵਾਜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਵੀ ਕਰਨਾ ਚਾਹੂੰਗਾ ਵਿਜੇ ਭਾਰਦਵਾਜ ਸਾਹਿਬ, ਪਤੀ ਪਤਨੀ ਦੇ ਵਿਚਾਲੇ ਉਹ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ, ਸੁਪਰੀਮ ਕੋਰਟ ਦਾ ਫੈਸਲਾ ਮੰਨਣਾ ਮਜਬੂਰੀ ਹੈ ਜਾਂ ਤੁਹਾਡੀ ਕੋਈ ਹੋਰ ਇਹਦੇ ਟਿੱਪਣੀ ਹੈ? ਦੇਖੋ,
ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ 497 ਦੇ ਪਕਸ਼ ਦੇ ਵਿੱਚ, ਇਹ ਜਿਹੜਾ ਫੈਸਲਾ ਜੋ ਜਜਮੈਂਟ ਦਿੱਤੀ ਗਈ ਹੈ ਇਹ ਸਾਡੇ ਭਾਰਤ ਦੇ ਸੰਸਕਾਰਾਂ ਦੇ ਹਿਸਾਬ ਦੇ ਨਾਲ ਜਿਹੜੀ ਇੱਥੇ ਦਾ ਤਾਨਾ ਬਾਨਾ ਹੈ ਉਹਦੇ ਹਿਸਾਬ ਨਾਲ ਬਿਲਕੁਲ ਗਲਤ ਹੈ। ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ। ਇਹਨਾਂ ਨੇ ਜਜਮੈਂਟ ਦੇ ਵਿੱਚ ਇਹ ਕਿਹਾ ਵੀ ਪਤਨੀ ਦੇ ਉੱਤੇ ਪਤੀ ਦਾ ਕੋਈ ਅਧਿਕਾਰ ਨਹੀਂ ਹੈ, ਕੋਈ ਉਹਦੀ ਪ੍ਰਾਪਰਟੀ ਨਹੀਂ ਹੈ। ਇਹ ਜਿਹੜੀ ਗੱਲ ਕਹੀ ਹੈ ਇਹ ਮੁਸਲਮਾਨਾਂ 'ਤੇ ਲਾਗੂ ਹੋ ਸਕਦੀ ਹੈ ਕਿਉਂਕਿ ਉਹ ਕੰਟਰੈਕਟ ਬੇਸਿਸ ਹੁੰਦਾ ਉਹਨਾਂ ਦਾ, ਉਹਨਾਂ ਦੀ ਜਿਹੜੀ ਮੈਰਿਜ ਹੁੰਦੀ ਹੈ ਉਹ ਐਜ਼ ਏ ਕੰਟਰੈਕਟ ਮੈਰਿਜ ਹੁੰਦੀ ਹੈ। ਤੁਸੀਂ ਇਹਨੂੰ ਧਰਮ ਦੇ ਚਸ਼ਮੇ ਨਾਲ ਦੇਖਣਾ ਹੁਣ? ਨਹੀਂ, ਧਰਮ ਦੇ ਚਸ਼ਮੇ ਨਾਲ ਦੇਖੋ, ਪਤਾ ਕੀ, ਅਸੀਂ ਹਿੰਦੁਸਤਾਨ ਦੇ ਹਾਂ, ਭਾਰਤ ਦੇ ਲੋਕ ਹੈ, ਅਸੀਂ ਆਪਣੇ ਜਿਹੜੇ ਸਾਡੇ ਇੱਥੇ ਦੇ ਸੰਸਕਾਰ ਹੈ, ਜਿਹੜੀ ਇੱਥੇ ਦੀ ਸਾਡੀ ਮਾਨਤਾ ਹੈ, ਅਸੀਂ ਉਹਦੇ ਹਿਸਾਬ ਨਾਲ ਗੱਲ ਕਰਨੀ ਹੈ। ਮੈਂ ਕਿਉਂਕਿ ਇਹਦੇ ਵਿੱਚ ਸੁਪਰੀਮ ਕੋਰਟ ਨੂੰ ਨਹੀਂ ਪਤਾ? ਨਹੀਂ, ਪਤਾ ਤਾਂ ਹੈ ਸੁਪਰੀਮ ਕੋਰਟ ਨੂੰ, ਪਰ ਸੁਪਰੀਮ ਕੋਰਟ ਦੇ ਉੱਤੇ ਜਿਹੜਾ ਇੱਕ ਭੂਤ ਸਵਾਰ ਹੈ ਉਹ ਇੰਟਰਨੈਸ਼ਨਲ ਲਾਅ ਦਾ ਭੂਤ ਸਵਾਰ ਹੋਇਆ ਹੈ। ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ, ਸਾਡੇ ਸੰਸਕਾਰਾਂ ਨੂੰ ਨਹੀਂ ਦੇਖਦੇ ਪਏ, ਹਿੰਦੁਸਤਾਨ ਦੇ ਭਾਰਤ ਦੇ ਸੰਸਕਾਰਾਂ ਨੂੰ ਨਹੀਂ ਦੇਖਦੇ ਪਏ। ਇਹ ਇੰਟਰਨੈਸ਼ਨਲ ਲਾਅ ਦੇ ਹਿਸਾਬ ਦੇ ਨਾਲ ਉਹੋ ਜਿਹੇ ਕੰਮ ਕਰਦੇ ਆ। ਹੁਣ ਥੋੜੇ ਦੇਰ ਪਹਿਲਾਂ ਇਹਨਾਂ ਨੇ 377 ਉੱਤੇ ਜੋ ਕੁਝ ਕੀਤਾ, ਤੁਹਾਨੂੰ ਇਹ ਲੱਗਦਾ ਕਿ ਪਤੀ ਆਪਣੀ ਪਤਨੀ ਦਾ ਮਾਲਕ ਹੈ? ਬਿਲਕੁਲ ਮਾਲਕ ਹੈ, ਮਾਲਕ ਕਿਉਂਕਿ ਸਾਡੇ ਸੰਸਕਾਰਾਂ ਦੇ ਪਤਨੀ ਹਮੇਸ਼ਾ ਉਹਦੇ ਹਿਸਾਬ ਨਾਲ ਹੀ ਚੱਲੂਗੀ? ਬਿਲਕੁਲ ਹੀ ਨਹੀਂ ਚੱਲੇਗੀ, ਬਿਲਕੁਲ ਨਹੀਂ ਚੱਲੇਗੀ। ਬਰਾਬਰੀ ਦਾ ਹੱਕ ਹੈ, ਇਹੀ ਤਾਂ ਗੱਲ ਕਹੀ ਹੈ। ਨਹੀਂ ਨਹੀਂ, ਬਰਾਬਰੀ ਦਾ ਹੱਕ ਹੈ ਸੁਪਰੀਮ ਕੋਰਟ ਨੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ, ਸੁਪਰੀਮ ਕੋਰਟ ਦੀ ਮੈਂ ਵੀ ਲਾਅ ਗ੍ਰੈਜੂਏਟ ਹਾਂ। ਮੈਂ ਇਹਦੇ ਵਿੱਚ ਇੱਕ ਚੀਜ਼ ਦੇਖਦਾ ਪਿਆ, ਇਹਨਾਂ ਦੇ ਅੰਦਰ 497 ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਪਤਨੀ ਜਾਂ ਪਤੀ ਪਹਿਲਾਂ ਵੀ 497 ਦੇ, ਵਕੀਲ ਸਾਹਿਬ ਇੱਥੇ ਬੈਠੇ ਹੋਏ ਉਹ ਤੁਹਾਨੂੰ ਦੱਸਣਗੇ, ਪਹਿਲਾਂ ਵੀ 497 ਦੇ ਵਿੱਚ ਜੇ ਕਿਸੇ ਦੀ ਮੈਰਿਡ ਵਾਈਫ ਕਿਸੇ ਹਸਬੈਂਡ ਕਿਸੇ ਹੋਰ ਬੰਦੇ ਦੇ ਨਾਲ ਰਿਲੇਸ਼ਨ ਡਿਵੈਲਪ ਕਰਦੀ ਹੈ, ਅਡਲਟਰੀ ਕਰਦੀ ਹੈ, ਉਹਨੂੰ ਸਜ਼ਾ ਨਹੀਂ ਹੁੰਦੀ ਸੀਗੀ, ਸਜ਼ਾ ਹੁੰਦੀ ਸੀ ਬੰਦੇ ਨੂੰ। ਹੁਣ ਕੀ ਕੀਤਾ, ਇਹ ਤਾਂ ਕਹਿ ਰਹੀ ਹੈ ਵੀ ਹਾਂ ਵੀ ਲੇਡੀਜ਼ ਨੂੰ ਹੱਕ ਮਿਲ ਗਿਆ, ਲੇਡੀਜ਼ ਦਾ ਬਰਾਬਰੀ, ਇੱਥੇ ਤਾਂ ਬਰਾਬਰੀ ਕਰਤੀ, ਬੰਦਿਆਂ ਦੀ ਬਰਾਬਰੀ ਕਰਤੀ ਹੈ, ਬੰਦੇ ਨੂੰ ਜਿਹੜੀ ਇੱਕ ਸਜ਼ਾ ਮਿਲਣੀ ਚਾਹੀਦੀ ਸੀਗੀ ਬੰਦੇ ਦੀ ਸਜ਼ਾ ਖਤਮ ਕਰਤੀ ਹੈ ਇਹ 497 ਦੇ ਹਿਸਾਬ ਦੇ ਨਾਲ। ਇਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਇਹਦੇ ਉੱਤੇ ਸਾਨੂੰ ਸਾਰੀਆਂ ਚੀਜ਼ਾਂ ਸਾਹਮਣੇ ਨਜ਼ਰ ਆਉਣਗੀਆਂ ਵੀ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ। ਦੱਸ ਦਿਓ, ਇਸ ਫੈਸਲੇ ਦੇ ਨਾਲ ਮਰਦਾਂ ਨੂੰ ਆਜ਼ਾਦੀ ਮਿਲੀ, ਔਰਤਾਂ ਨੂੰ ਮਿਲੀ? ਮਰਦਾਂ ਨੂੰ ਆਜ਼ਾਦੀ ਮਿਲੀ ਹੈ, ਮਰਦਾਂ ਨੂੰ ਆਜ਼ਾਦੀ ਐਸੀ ਦਿੱਤੀ ਹੈ। ਇਹਦੇ ਅੰਦਰ ਮੈਂ 497 ਦੇ ਅੰਦਰ ਤੁਹਾਨੂੰ ਹੋਰ ਦੱਸ ਦਿੰਦਾ, 497 ਦੇ ਅੰਦਰ ਮਰਦਾਂ ਨੂੰ ਕੀ ਆਜ਼ਾਦੀ ਮਿਲ ਗਈ ਵੀ ਜੇ ਤੁਸੀਂ ਡਿਵੋਰਸ ਲੈਣਾ ਚਾਹੁੰਦੇ ਹੋ ਆਪਸ 'ਚ ਸਹਿਮਤੀ ਦੇ ਨਾਲ, ਪਤੀ ਪਤਨੀ ਕੋਲ ਪੁੱਛ ਲਏਗਾ, ਪਤਨੀ ਪਤੀ ਕੋਲ ਪੁੱਛ ਲਏਗੀ, ਦੋਨੀ ਬੈਠ ਕੇ ਸੈਕਸ ਕਰਨੇ, ਉਹਨਾਂ ਦੇ ਐਵੀਡੈਂਸ ਬਣਾਉਣਗੇ, ਕੋਰਟ ਦੇ ਵਿੱਚ ਕਹਿਣਗੇ ਸਾਨੂੰ ਡਿਵੋਰਸ ਚਾਹੀਦਾ। ਇਹ ਡਿਵੋਰਸ ਲੈਣ ਵਾਸਤੇ ਇਹਨਾਂ ਨੇ ਟਿੱਪਣੀ ਦੇ ਰਿਹਾ ਜੀ, ਅਕਸਰ ਇਹ ਚਰਚਾ ਨਹੀਂ ਹੁੰਦੀ ਕਿ ਟੀਵੀ ਸਟੂਡੀਓ ਦੇ ਵਿੱਚ, ਪਰ ਚਰਚਾ ਹੋਣੀ ਚਾਹੀਦੀ ਹੈ। ਜਿਹੜੀ ਗੱਲ ਇਹ ਕਹਿ ਰਹੇ ਹੈ ਵਿਜੇ ਭਾਰਦਵਾਜ ਜੀ, ਮਰਦਾਂ ਨੂੰ ਆਜ਼ਾਦੀ ਮਿਲ ਗਈ ਹੈ, ਮੈਂ ਕਹਿੰਦਾ ਬਰਾਬਰੀ ਕਿਹਨੂੰ ਮਿਲੀ ਹੈ? ਸਵਾਲ ਮੇਰੇ ਕੋਈ ਮੈਂ ਉਸ ਤੋਂ ਪਹਿਲਾਂ ਇੰਨੀ ਹਾਸੇਪ੍ਰਦ ਗੱਲ ਹੈ ਕਿ ਅਸੀਂ ਕਹਿ ਰਹੇ ਹਾਂ ਕਿ ਭਾਰਤੀ ਸੰਸਕ੍ਰਿਤੀ ਦਾ ਉਲੰਘਣ ਹੋ ਰਿਹਾ ਹੈ ਇਸ ਸੈਕਸ਼ਨ ਨੂੰ ਹਟਾ ਕੇ। ਕਿਹੜੀ ਭਾਰਤੀ ਸੰਸਕ੍ਰਿਤੀ ਦੀ ਅਸੀਂ ਗੱਲ ਕਰ ਰਹੇ ਹਾਂ? ਕਿਉਂਕਿ ਜਦੋਂ ਇਹ ਸੈਕਸ਼ਨ ਲਾਇਆ ਗਿਆ ਸੀ ਉਸ ਟਾਈਮ ਸੀਗਾ ਬ੍ਰਿਟਿਸ਼ ਸਾਮਰਾਜ, ਇਹ 155 ਸਾਲ ਪੁਰਾਣਾ ਲਾਅ ਹੈਗਾ। ਉਸ ਟਾਈਮ ਨਾ ਸਾਨੂੰ ਆਜ਼ਾਦੀ ਸੀਗੀ, ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਵੀ 1947 ਦੇ ਵਿੱਚ ਆਇਆ ਹੈਗਾ। ਤਾਂ ਹੀ ਕਰਕੇ ਸਰਵੋੱਚ ਨਿਆਲੇ ਨੇ ਇਹ ਕਿਹਾ ਹੈ ਕਿ ਜਿਹੜਾ ਸੰਵਿਧਾਨ ਹੈਗਾ ਸਾਡਾ ਉਹਨੂੰ ਉਲੰਘਣ ਕਰਦਾ। ਅਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ ਕਿ ਭਾਰਤੀ ਸੰਸਕ੍ਰਿਤੀ ਦਾ ਉਲੰਘਣ ਹੋ ਰਿਹਾ, ਸਾਡੇ ਜਿਹੜੇ ਪਰਿਵਾਰ ਹੈ ਉਹ ਖਤਮ ਹੋ ਜਾਣਗੇ, ਸਾਡੀ ਸੱਭਿਅਤਾ ਜਿਹੜੀ ਹੈਗੀ ਹੈ ਉਹਨੂੰ ਇੱਕ ਚੁਣੌਤੀ ਦਿੱਤੀ ਗਈ ਹੈ। ਇਹ ਤਾਂ ਜਿਹੜਾ ਲਾਅ ਹੈਗਾ, ਇਹ ਜਿਹੜਾ ਕਾਨੂੰਨ ਹੈਗਾ ਉਹ ਭਾਰਤੀ ਤਾਂ ਲੈ ਕੇ ਹੀ ਨਹੀਂ ਆਏ, ਪਹਿਲੀ ਗੱਲ। ਦੂਜੀ ਗੱਲ, ਤੁਸੀਂ ਕਹਿ ਰਹੇ ਹੋ ਇਹਨਾਂ ਨੇ ਕਿਹਾ ਕਿ ਜਿਹੜੇ ਪਤੀ ਹੈਗੇ ਉਹ ਮਾਲਕ ਹੈਗੇ ਆ ਔਰਤਾਂ ਦੇ, ਉਹਨਾਂ ਦੀ ਆਪਣੀ ਬੀਵੀਆਂ ਦੇ। ਮੈਨੂੰ ਲੱਗਦਾ ਇੱਕ ਮਿੰਟ ਦਾ ਮੌਨ ਰੱਖ ਲੈਣਾ ਚਾਹੀਦਾ ਇਸ ਚੈਨਲ ਦੇ ਉੱਤੇ ਕਿ ਇੰਨੀ ਵੱਡੀ ਗੱਲ ਕਹਿ ਦਿੱਤੀ ਗਈ ਹੈ ਅੱਜ ਦੇ ਸਮਾਜ, ਅੱਜ ਦੇ ਦੌਰ ਦੇ ਵਿੱਚ ਵੀ, ਕਿ ਹਜੇ ਵੀ ਵਾਈਸ ਨੂੰ ਔਰਤਾਂ ਨੂੰ ਇੱਕ ਜਾਇਦਾਦ ਸਮਝਿਆ ਜਾਂਦਾ ਹੈ, ਇੱਕ ਪ੍ਰੋਪਰਟੀ, ਇੱਕ ਗਾਂ ਵਾਂਗੂ ਟ੍ਰੀਟ ਕੀਤਾ ਜਾਂਦਾ ਮਰਦਾਂ ਦੇ ਹਵਾਲੇ ਤੋਂ। ਤੀਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਆਜ਼ਾਦੀ ਕਿਹਨੂੰ ਮਿਲੀ ਹੈ, ਆਜ਼ਾਦੀ ਨਾ ਔਰਤਾਂ ਨੂੰ ਮਿਲੀ ਹੈ ਨਾ ਮਰਦਾਂ ਨੂੰ ਮਿਲੀ ਹੈ, ਸਮਾਜ ਨੂੰ ਮਿਲੀ ਹੈ, ਭਾਰਤ ਨੂੰ ਮਿਲੀ ਹੈ। ਅੱਜ ਇਕੁਆਲਿਟੀ ਨੂੰ ਜਿਹੜਾ ਹੈਗਾ ਉਹ ਸਨਮਾਨ ਦਿੱਤਾ ਗਿਆ, ਸਾਡੇ ਸੰਵਿਧਾਨ ਨੂੰ ਸਨਮਾਨ ਦਿੱਤਾ ਗਿਆ, ਇੱਕ ਇਕੁਅਲ ਟ੍ਰੀਟਮੈਂਟ ਨੂੰ ਸਨਮਾਨ ਦਿੱਤਾ ਗਿਆ ਇਸ ਪਤੀ ਮਲਕੀਅਤ ਹੈ ਕੀ ਹੈ ਪਤਨੀ ਉਹਦੀ।
सवाल बहुत महत्वपूर्ण हैगा ते कोर्ट ने कहा हैगा कि पति अपनी पत्नी का मालिक नहीं हैगा पर अंतरराष्ट्रीय हिंदू परिषद के बुलारे विजय भारद्वाज साहब इत्थे गल कह रहे हैं कि यह सब कुछ भारतीय संस्कृति के उल्ट हो रहा है ते सवाल इसे पुछांगे इस मर्जी के मायने की है क्योंकि मर्जी तो यह भी करते पे है कि सुप्रीम कोर्ट ने उस मर्जी से यह फैसला सुनाया। ब्रेक तो वापस आ रहे हैं, कुछ होर सवाल होंगे जरूर। अडल्टरी ते सुप्रीम कोर्ट के फैसले का समाजिक ढांचे ते की असर होगा? डॉक्टर मेजर एपी सनवारिया साहब, विजय भारद्वाज साहब एक गल कह रहे हैं कि पति अपने पत्नी का मालिक है, बीजेपी की कहती है ना। देखिए केपी जी, साड़ी आधी जनता जिहड़ी कुड़िया ने लेडीज ने वो अपनी मन मर्जी दे इक्वल बराबर, दूसरा जरा मैन वीमेन साड़ी नज़र विच बिल्कुल बराबर ने। हुण मैं सुन रहा सी ओवीसी साहब ने कि हुण देखिए सारे पैनल डिस्कशन और जिने लोग दसे ओवीसी साहब ते आ जूंगा, मैं ओवीसी साहब ते आ जूंगा, मैं कह रहा बीजेपी ने उथे केंद्र सरकार ने इस गल दा विरोध कीता ना। देखिए कोर्ट दे विच, कोर्ट विच जदों केस आंदा है तो साडे वकील उनां दे वकील लड़दे ने, उहदे विरोध करदे ने। साडी तुहाडी दलील इह सीगा कि इह पछमी समाज दे नजरिए नाल ना देखा जाए पूरे मामले नूं। असीं रिक्वेस्ट कीता सी कोर्ट नूं, बट कोर्ट वांट्स इन द विजडम ऑफ दिस थिंग के आई वी एंड यू द डिसीजन हो गया तो हुण असीं इहनूं जिहड़ी साडी लेडीज़ नूं इक्वल दा दर्जा जिहड़ा मिला है, बिकॉज उत्थे जिहड़ी पनिशमेंट जिहड़ी उस आदमी नूं आउंदी सी वो बराबरी का जड़ा मिलने वास्ते ये प्रोग्रेसिव स्टेप आया ने, असी इस डिसीजन नू सत्कार करते ने, हुण वेलकम करते पे ना। नो डाउट विजय भारद्वाज जी, ਤੁਸੀਂ ਕਿਉਂ ਨਹੀਂ ਵੈਲਕਮ ਕਰਦੇ ਪਏ? ਤੁਸੀਂ ਹਜੇ ਵੀ ਉਸੇ ਗਲਤੀ ਅੜੇ ਹੋ ਕਿ ਮਹਿਲਾ ਦਾ ਮਾਲਕ ਹੈ ਜੀ। ਨਹੀਂ ਨਹੀਂ, ਮਹਿਲਾ ਦਾ ਮਾਲਕ ਤੁਸੀਂ ਜਿਹੜੇ ਗੱਲ ਕਹੀ ਹੈ, ਮੈਂ ਤੁਹਾਨੂੰ ਤੁਸੀਂ ਮੈਨੂੰ ਕਿਹਾ ਮਾਲਕ ਹੈ, ਮੈਂ ਕਿਹਾ ਮਾਲਕ ਹੈ ਪਰ ਸਾਡਾ ਬਰਾਬਰੀ ਦਾ ਦਰਜਾ ਸਾਡੇ ਹਿੰਦੂ ਸਮਾਜ ਦੇ ਵਿੱਚ। ਜਿਹੜਾ ਮਾਲਕ ਮਾਲਕ ਦਾ ਹੀ ਹੋਗਾ ਤੇ ਫਿਰ ਬਰਾਬਰੀ ਕਿੱਥੇ ਹੋਗੀ? ਨਾ 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 ਨਾ, ਉਹ ਪਤਨੀ ਦਾ ਮਾਲਕ ਪਤੀ ਤੇ ਪਤੀ ਦਾ ਮਾਲਕ ਜਿਹੜੀ ਹੈ ਪਤਨੀ, ਇਹਦੇ ਅੰਦਰ ਬਰਾਬਰੀ ਦਾ ਹੈ। ਮੈਂ ਵਾਰ ਵਾਰ ਤੁਹਾਨੂੰ ਫਿਰ ਦੁਬਾਰਾ ਮਾਲਕੀ ਹੋ ਗਈ, ਫਿਰ ਬਰਾਬਰਤਾ ਤਾਂ ਹੋਈ ਨਹੀਂ ਨਾ। ਬਿਲਕੁਲ ਨਹੀਂ, ਬਰਾਬਰੀ ਹੋ ਗਈ, ਫਿਰ ਬਰਾਬਰਤਾ ਕਿੱਥੇ ਹੋ ਗਈ? ਬਰਾਬਰੀ ਹੋ ਗਈ ਜੇ ਇੱਕ ਦੂਜੇ ਦੇ ਮਾਲਕ ਹੈ ਤਾਂ ਬਰਾਬਰੀ ਹੋ ਗਈ, ਇਹਦੇ ਵਿੱਚ ਤਾਂ ਕੋਈ ਐਸੀ ਗੱਲ ਹੀ ਨਹੀਂ ਵੀ ਇੱਕ ਦੂਜਾ ਕਿਸੇ ਦੇ ਰੋਹ ਪਾਏਗਾ। ਪਰ ਮੈਂ ਜਿਹੜੀ ਗੱਲ ਕਹਿ ਰਿਹਾ, ਅਦਿਤੀ ਜੀ ਗੱਲ ਕਹਿ ਰਹੇ ਸੀਗੇ ਵੀ ਇਹ ਕਾਨੂੰਨ ਜਿਹੜਾ ਹੈ ਅੰਗਰੇਜ਼ਾਂ ਦੇ ਟਾਈਮ ਦਾ ਕਾਨੂੰਨ ਹੈ, ਅੰਗਰੇਜ਼ਾਂ ਨੇ ਜਿਹੜਾ ਕਾਨੂੰਨ ਬਣਾਇਆ ਉਹ ਕਾਨੂੰਨ ਸਾਡੇ ਹਿੰਦੁਸਤਾਨ ਦੀ ਸੰਸਕਾਰਾਂ ਦੇ ਹਿਸਾਬ ਦੇ ਨਾਲ ਕਾਨੂੰਨ ਬਣਾਏ ਸੀਗੇ, ਕੋਈ ਉਹ ਆਪਣੇ ਕਾਨੂੰਨ ਲੈ ਕੇ ਨਹੀਂ ਆਏ ਸੀਗੇ। ਜ਼ਿਆਦਾ ਪਤਾ ਸੀ ਸਾਡੇ ਸੰਸਕਾਰਾਂ ਦਾ? ਉਹਨਾਂ ਉਹਨਾਂ ਹੈ ਭਾਰਦਵਾਜ ਸਾਹਿਬ, ਅੰਗਰੇਜ਼ਾਂ ਨੂੰ ਸਾਡੇ ਸੰਸਕਾਰਾਂ ਦਾ ਜ਼ਿਆਦਾ ਪਤਾ ਸੀ? ਸਾਡੇ ਪਤਾ ਸੀਗਾ ਸਾਡੇ, ਕਿਉਂਕਿ ਉਹਨੇ ਸਟੱਡੀ ਕੀਤਾ ਸਾਡੇ ਦੇਸ਼ ਤੇ ਰਾਜ ਕੀਤਾ। ਹੁਣ ਸਾਡੀ ਭਾਵਨਾ ਅੰਗਰੇਜ਼ਾਂ ਦਾ ਤਾਂ ਕਾਨੂੰਨ ਹੀ ਹੋ ਰਿਹਾ, ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ। ਨਹੀਂ, ਉਹਨਾਂ ਦਾ ਜਿਹੜਾ ਕਾਨੂੰਨ ਸੀਗਾ ਉਹਨਾਂ ਦਾ ਕਾਨੂੰਨ ਹੁਣ ਆਇਆ, ਉਹਨਾਂ ਦਾ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਉੱਥੇ ਦੀ ਸਭਤਾ ਚੱਲਦੀ ਪਈ ਸੀਗੀ ਉਹ ਹੁਣ ਸਾਡੇ ਹਿੰਦੁਸਤਾਨ ਦੇ ਇੰਟਰਨੈਸ਼ਨਲ ਲਾਅ ਦੇ ਹਿਸਾਬ ਦੇ ਨਾਲ ਉਹ ਕਾਨੂੰਨ ਹੁਣ ਲੈ ਕੇ ਆ ਗਏ ਆ। ਮੈਂ ਇਹਦੇ ਅੰਦਰ ਦੁਬਾਰਾ ਫਿਰ ਮੈਂ ਗੱਲ ਕਰਦਾ, ਇਹਦੇ ਵਿੱਚ ਜਿਵੇਂ ਕਹਿ ਦਿਓ ਕਿ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ, ਔਰਤਾਂ ਨੂੰ ਬਰਾਬਰੀ ਦਾ ਦਰਜਾ ਕੋਈ ਨਹੀਂ ਦਿੱਤਾ, ਇਹ 'ਚ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ। ਔਰਤ ਨੂੰ ਪਹਿਲਾਂ ਵੀ ਸਜ਼ਾ ਨਹੀਂ ਹੁੰਦੀ ਸੀਗੀ ਇਸ ਕਾਨੂੰਨ ਦੇ ਵਿੱਚ, ਮਰਦ ਨੂੰ ਹੁੰਦੀ ਸੀਗੀ, ਹੁਣ ਮਰਦ ਨੂੰ ਬਰਾਬਰੀ ਦਿੱਤੀ ਹੈ, ਜਿਹੜੀ ਕਿ ਅਸੀਂ ਚੀਜ਼ ਨਹੀਂ ਚਾਹੁੰਦੇ। ਇਹ ਘਰ ਦੇ ਵਿੱਚ ਇੱਕ ਐਸਾ ਇੱਕ ਵਾਤਾਵਰਨ ਪੈਦਾ ਕਰਦਾ ਜਾਏਗਾ, ਘਰ ਘਰ ਦੇ ਵਿੱਚ ਪ੍ਰੋਸੀਚਿਊਟਸ ਦੇ ਤੁਸੀਂ ਕਹਿ ਰਹੇ ਹੋ ਘਰ ਟੁੱਟਣਗੇ, ਘਰ ਟੁੱਟਣਗੇ, ਮੈਂ ਕਹਿੰਦਾ ਘਰ ਇੰਨੀ ਬੁਰੀ ਤਰ੍ਹਾਂ ਟੁੱਟਣਗੇ ਨਾ ਇਹ ਪਤਾ ਲੱਗਣਾ ਮੇਰਾ ਪੁੱਤ ਕਿਹੜਾ, ਨਾ ਇਹ ਪਤਾ ਲੱਗਣਾ ਮੇਰੀ ਧੀ ਕਿਹੜੀ ਹੈ। ਇਹੋ ਜਿਹਾ ਗੰਦਾ ਕਾਨੂੰਨ ਜਿਹੜਾ ਹੈ ਉਹ ਸਾਡੇ ਹਿੰਦੁਸਤਾਨ ਦੇ ਹਿਸਾਬ ਨਾਲ ਠੀਕ ਨਹੀਂ ਹੈ। ਮੈਂ ਆ ਰਿਹਾ ਵਿਨੋਦ ਕੁਮਾਰ ਜੀ, ਇਹ ਕਹਿੰਦੇ ਘਰ ਟੁੱਟ ਜਾਣਗੇ। ਦੇਖੀਏ ਸੋਸਾਇਟੀ ਕਦੇ ਵੀ ਸਟੈਟਿਕ ਨਹੀਂ ਰਹਤੀ ਹੈ, ਹਮੇਸ਼ਾ ਸਮਾਜ ਵਿੱਚ ਚੇਂਜ ਆਤੇ ਹੀ ਰਹਿਣਗੇ, ਔਰ ਕਦੇ ਵੀ ਤੁਸੀਂ ਸਮਾਜ ਨੂੰ ਇੱਕ ਢਰੇ ਵਿੱਚ ਨਹੀਂ ਦੇਖ ਸਕਦੇ, ਸਮਾਜ ਹਮੇਸ਼ਾ ਚੇਂਜ ਹੁੰਦਾ ਨੇ। ਔਰ ਜਬ ਹਮ ਇੱਕ ਮੈਕੇਨੀਕਲ ਸੋਸਾਇਟੀ ਸੇ, ਇੱਕ ਜੋ ਹਮ ਗਾਓ ਦੇਹਾਤ ਕੀ ਸੋਸਾਇਟੀ ਸੇ, ਜਬ ਇੱਕ ਕੰਪਲੈਕਸ ਸੋਸਾਇਟੀ ਕੀ ਤਰਫ ਜਾਏਂਗੇ, ਉਸਮੇ ਚੇਂਜਿਸ ਇਤਨੇ ਰੈਪਿਡ ਆਤੇ ਹੈ ਕਿ ਬਹੁਤ ਸਾਰੇ ਲੋਗੋਂ ਕੋ ਹਜ਼ਮ ਨਹੀਂ ਹੋਗੀ। ਭਾਰਦਵਾਜ ਜੀ ਬੋਲ ਰਹੇ ਥੇ ਕਿ ਕਿਸ ਤਰੀਕੇ ਸੇ ਪਤੀ ਮਾਲਿਕ ਹੈ, ਪਤੀ ਕਾ ਮਤਲਬ ਹੀ ਮਾਲਿਕ ਹੋਤਾ ਹੈ, ਜੈਸੇ ਆਪ ਕਰੋੜਪਤੀ, ਅਰਬਪਤੀ, ਲੱਖਪਤੀ, ਮਤਲਬ ਹਮਾਰੀ ਲੈਂਗੁਏਜ ਮੇ ਮਾਲਿਕਤਾ ਝਲਕਤੀ ਹੈ ਕਿ ਕਿਸ ਤਰੀਕੇ ਸੇ ਹਮ ਆਪਣੀ ਭਾਸ਼ਾ ਵਿੱਚ ਇਸ ਤਰੀਕੇ ਕੇ ਸ਼ਬਦੋਂ ਕਾ ਇਸਤੇਮਾਲ ਕਰ ਰਹੇ ਹੈਂ। ਔਰ ਜਿਸ ਨੈਤਿਕਤਾ ਕਾ ਆਪ ਜ਼ਿਕਰ ਕਰ ਰਹੇ ਹੈ ਵੋ ਹੈ ਦੇਵਦਾਸੀ ਪ੍ਰਥਾ। ਕੌਨ ਸੀ ਨੈਤਿਕਤਾ ਕਾ ਆਪ ਉਦਾਹਰਣ ਦੇਂਗੇ? ਦੇਵਦਾਸੀ ਪ੍ਰਥਾ ਇੱਕ ਮਿਡਲ ਜੋ ਹਮਾਰਾ ਬ੍ਰਾਹਮਣਿਕਲ ਆਈਡੀਓਲੋਜੀ ਕਾ ਇੱਕ ਤਰੀਕਾ ਹੈ, ਔਰ ਹਮ ਉਸੀ ਤਰੀਕੇ ਸੇ ਸਮਾਜ ਕੋ ਕਿਉਂ ਦੇਖਨੇ ਪੇ ਲਗੇ ਹੋਏ ਹੈ ਕਿ ਹਮ ਇੱਕ ਐਸੇ ਮਿਡਲ ਕਲਾਸ ब्राह्मणिकल आइडियोलॉजी के तरीके से हम देखें समाज को कि किस तरीके से फंक्शन कर रहा है। लेकिन समाज केवल वही नहीं है, हमारे इंडिया के अंदर आज भी लिव इन रिलेशन अभी हम डिस्कस कर रहे हैं, सदियों से हमारे यहाँ पे है,
अगर आप उन सोसाइटीज को नहीं जानते तो वो आपका गलती है। इसके बाद जो आप भारतीय संस्कृति की बिल्कुल ट्राइबल सोसाइटी में है, कोशिश करो पंजाबी से गल करो तो ज्यादा बेहतर लगेगा। देवदासी प्रथा के बारे में भी, सिर्फ देवदासी प्रथा आपको याद है जो हमारी पति व्रता या पत्नी व्रता वाली, वो आप वो इक्वालिटी नहीं है ना, वो इक्वालिटी देवदासी नहीं है। दुनिया के अंदर जो गलत काम है उसकी आप एग्जाम्पल दोगे, जो बढ़िया बढ़िया एग्जाम्पल आप कोशिश करिए पंजाबी गल करिए ज्यादा बेहतर। ओके, तो असी हुण देख सकते हैं कि किस तरीके से सोसाइटी चेंज हो रही है। तुसी सोसाइटी नू एक धर्रे विच एक स्टैटिक तरीके से नहीं देख सकते हो। सोसाइटी हमेशा चंगा है फैसला, बिल्कुल चंगा है सोसाइटी चंगा है, महिलाओं नू इस फैसले बाद इक्वालिटी मिलेगी। बिल्कुल क्यों नहीं कर सकते, थोड़ी पत्नी थोड़े को पूछे मैं फलाने बंदे ना सेक्स करना चाहनी है, तुसी दसो लो कर दूंगे, तुसी लो के बेसिस पे अगर सोच रहे हो कि आप सोसाइटी दी गल करते हैं, लो ने जेड़ा काम करना सी करता, तुसी अपना दसो, तुसी अपनी वाइफ नु अलो करोगे, थोड़ी वाइफ पूछेगी भी मैं आज किसी बंदे ना सेक्स करना चाहनी है अपने घर दे विच, तुसी ओनु इजाजत दे दोगे? निजी मसला ही समाजिक मसला बनता है। जे तुसी निजी तौर ते तुसी सोच नहीं हो, ठीक नहीं हो, वो समाजिक मसला बनता है। ठीक है, मैं एक मिनट आ रहा हूं। विजय पादल जी, 40% तो डाइवोर्स हो रहे हैं कॉस्मोपॉलिटन एरिया में आज के दिन, जो रिसेंट मैरिजेस हैं उसको आप कैसे देखेंगे इस नजरिए से, अगर आप देखेंगे तो ऑलरेडी अदिति शरण जी, मैनू उम्मीद नहीं सी इहो जी चर्चा होगी इस पैनल दे विच। अदिति शरण जी, जिहड़ियां गल्लां विजय भारद्वाज साहब ने कहियां हैं, इन्हां गल्लां नूं किस तरीके समझा जाए, जिहड़ियां गल्लां कह रहे हैं कि पत्नी पुछूगी अपने पति नूं, इह आजादी है, बराबरी है, की है कंसेंट पुछी गई है 497 दे विच, पैट्रियार्कल माइंडसेट, पुरुष विरता समाज पहला तो भी सिगा ते अज एदां दी स्टेटमेंट्स असी इस शो ते पास करके उस पितृ सत्ता समाज नू होर मजबूती दे रहे हैं, होर कुछ नहीं है। ये जद कानून लियाया गया सी उस वक्त की हुंदा सी कि ब्रिटिश साम्राज्य च जिहड़े बाहरले लोकी हुंदे सी 15-16 साल की उम्र च छोटी छोटी औरतां दा विआह हो जांदा सी ते उहनां दी एक जिहड़ी सैक्सुअल आइडेंटिटी हैगी उहनू रिस्ट्रिक्ट करके रख्या जांदा सी कि उहनां दे पति नू मालिक बनाया जांदा सी कि इह किते होर ना जावे, इह सिर्फ साडे घर रहे। व्याख्या करदे हो 497 दी, भद्दवा साहब मैनू तुसी गलत तरीके पासे लैके जा रहे हो, जिहड़ी 497 दी परिभाषा दित्ती है सुप्रीम कोर्ट ने, तुसी उहते गल करो। मैं परिभाषा ते नहीं आवांगी, पर सत्ता फलानी सत्ता नहीं, 497 दे कोई भी कानून जेड़ा हुंदा है उदा हिस्टोरिकल बैकग्राउंड जरूर देखा जाता है। उच्च सर्वोच्च न्यायालय ने भी जब इनू एग्जामिन किया, इनू एनालाइज किया ते ए देखा कि यह लियाया क्यों गया सी, ए लियाया इस करके गया सी। दूजी गल जेड़े कह रहे कि घर बार बार टुटणगे, तलाक दे विच ऑलरेडी अडल्टरी एक ग्राउंड हैगा, सर्वोच्च न्यायालय ने यह किया हैगा कि जे तुहाडे व्याह दे विच आपसी संबंध नहीं निभदे तो उन्हें क्रिमिनलाइज नहीं किया जा सकता, उन्हें 5 साल की सज़ा जेल च कट्टन की नहीं दिती जा सकती। 1971 दे विच लॉ कमिशन ने रिपोर्ट दिती सी कि 5 सालों तो जिहड़ी सज़ा हैगी 2 साल कर दिती जाए। तो दूजी गल जिहड़ी औरत हैगी है जिदे नाल ए अडल्टरस बिहेवियर हो रहा है, जो आप इस जुर्म दे, क्योंकि उस टाइम तो जुर्म वर्ड यूज हुंदा सी, अज ही खत्म होया कि वह भी जुर्म की इक्वली भागीदार हैगी है, तो उन्होंने भी जिहड़ी हैगी सज़ा दिती जानी चाहिए है। वो बहुत साल बाद फिर दोबारा लॉ कमिशन की रिपोर्ट आई कि नहीं, जिहड़ी औरत हैगी जिदे पति ने जुर्म किया उन्हों भी हक होना चाहिए कि वह केस फाइल करे, पर अज सर्वोच्च न्यायालय ने इनू इस तरीके नाल समझे कि औरतों लिए ना तो औरत केस फाइल कर सकती है, ना तो वह औरत केस फाइल कर सकती है जिदा पति ये जुर्म कर रहा है। तीजी गल ये हैगी है कि आर्टिकल 14, 15 ते 21 साडा संविधान जिहड़ा हैगा उहनू वायलेट करता है। 14 कहिंदा इक्वालिटी ऑफ लॉ, 15 कहिंदा कि सैक्स के बेसिस से तुसी डिस्क्रिमिनेशन नहीं कर सकते, ते 21 कहिंदा राइट टू लिबर्टी कि ये जिहड़े संबंध हैगे ये शारीरिक संबंध हैगे, लैगिंग संबंध हैगे, इहदे विच तुहाडी अपनी मर्जी होनी बहुत जरूरी है। ता ही 370 की धारा भी लियाई गई सी, जे तुहानू लगदा इहदे नाल घर बर्बाद होणगे ते अडल्टरी दा प्रोविजन तां बहुत साल पुराना है ते हजे भी वैलिड है। एक होर छोटा ब्रेक लवाके, बहुत महत्वपूर्ण चीज़ा जो बाहर निकल के आ रही, पर सवाल है का इस मर्जी के मायने की है, कि इस समाज से कि असर पवेगा, असं इको सवाल कर रहे हैं। तो जदों
सियासत है अपने नजरिए नाल सब चीज़ों को देखती हैगी, क्योंकि उन्होंने ये सब कुछ भी देखना है कि वोट बैंक का जिहड़ा वह की मंगता हैगा। ये वोट बैंक का मतलब नहीं हैगा, ये माइंड सैट का मतलब हैगा। इस मर्जी के मायने की ब्रेक तो वापस आ गए, होर सवाल करांगे जरूर कर रहे हैं। अडल्टरी ते सुप्रीम कोर्ट के फैसले का समाज ढांचे ते की असर होगा? विनोद कुमार जी, मैं तुहाडे को सवाल लैना चाहुंदा। विनोद कुमार जी, सवाल यह है कि तुसीं एक गल कही कि 44% जिहड़े डाइवोर्स के केसिस आ रहे हैं, हुण इस नाल जिहड़े रिश्तियां दी म्याद है वह घट जाएगी, डाइवोर्स वध जाएंगे? बिल्कुल, चेंज आएगा ही आएगा। अगर हम सोसाइटी को चाह रहे हैं कि हम मिडाइवल किस्म की सोसाइटी रहें, ग्रामीण सोसाइटी रहें, तब आप उसको मॉरलिटी के बेसिस पे, लीगल फ्रेमवर्क के बेसिस पे, जो सोशल लॉज है, डाइवोर्स तो पहला भी होंदे पे है, पहला भी होंदे पे डाइवोर्स, इन नमा की हो जाएगा, डाइवोर्स के केसेस बढ़ जाएंगे, बहुत ज्यादा फर्क नहीं पड़ेगा। अडल्ट्री तो ऑलरेडी ग्राउंड है, उसमें बहुत ज्यादा इसमें फर्क नहीं पड़ेगा। कार के में टूटेंगे, मैंने ये नहीं चीज समझ आ रही, नहीं टूटने वाले हैं इसमें, इसमें और मैच्योरिटी के साथ में आप वेडलॉग में जाएंगे, मैच्योरिटी के साथ में आप शादी करने के लिए अपने पार्टनर को डिसाइड करेंगे। पहले क्या होता था कि घर वालों की मर्जी से, इंडिया में 95% जो मैरिजेज होती है वो होती है अरेंज मैरिजेज। अभी हम ज्यादा फ्रीडम देने के मूड में आएंगे कि हम बच्चों को ज्यादा फ्रीडम ताकि वो अपने पार्टनर को अच्छी तरीके से चूज कर पाएं, और वो ऐसी नौबत आए ही नहीं जिसमें अडल्ट्री करना पड़े या कुछ और करना पड़े। जैसे वेस्टर्न सोसाइटी का आप एग्जांपल लेंगे तो वर्ल्ड वॉर टू के बाद में जब कंट्रासेप्टिव कंडोम वगैरह का इस्तेमाल चालू हुआ तो लोगों ने कहा कि इससे अडल्ट्री बढ़ेगा, इससे अननेचुरल सेक्स बढ़ेगा, इससे बहुत सारी और प्रॉब्लम आएगी। क्या आपको लग रहा है कि वो प्रॉब्लम आई? वो प्रॉब्लम एक टाइम पे आती है, लेकिन धीरे धीरे वो फिर सोसाइटी के बेटरमेंट के लिए इस्तेमाल होती हैं। आप अपने मैच्योरिटी के साथ में आप क्यों नहीं ये एक्सेप्ट करते कि एक लड़का या लड़की एक मैच्योर तरीके से अपने पार्टनर को चूज कर सकता है और सोसाइटी को बेटर तरीके से आगे ले जा सकता है। उम्र का तकाजा भी होता जो बंदा सोचता है, उम्र मायने रखती है। जो तुहाडे संगठन दे विच, जो तुहाडे जथेबंदी दे विच मैंबर यूथ मैंबर हैगा, वह भी यही सोच रखता है? बिल्कुल, जड़ा जड़ा तो अपने भारत के हिसाब के नाल सोच रखेगा, जड़ा अपने इत्थे दे संस्कार हिसाब नाल सोच रखेगा, वह बिल्कुल नहीं चाहेगा। जिदा हुनी विनोद जी ने गल की, विनोद जी ने कहा भी सोसायटी बड़ी मॉडर्न सोसायटी बन जाएगी, ये अपने हिंदुस्तान की सोसायटी शायद ग्रामीण सोसायटी हज तक समझते पे है। इन्हों का कहने के हिसाब के नाल भी जड़ी प्रथा सी भी जड़ा चलता सगा, माँ बाप शादी करते सके बच्चे पसंद करके, वो हुण खत्म हो जाएगा, बच्चे अपनी मर्जी ना शादी करूँ, तो सामने नज़र आ रहा, बच्चे अपनी मर्जी ना शादी करेंगे, अपने घर के बॉयफ्रेंड भी लैके आएंगे, गर्लफ्रेंड भी लैके आया करेंगे, बेडरूम के कट्ठे सो जाया करेंगे सारे जने, क्योंकि वो तो कंसेंट शुरू हो जाएगी। तुसी नवी सोसाइटी की गल कर रहे हो, ये तो नहीं क्या कोर्ट ने ना, हां जी कोर्ट ने ये तो नहीं किया, कोर्ट ने नहीं, कोर्ट ने क्या कंसेंट थोड़ा सा ਇਹ ਜਿਹੜੇ ਇਹਨਾਂ ਦੀ ਐਪਰੀ ਸੁਣਾ ਰਹੀ ਹੈ ਕਿ ਹੁਣ ਕੰਸੈਂਟ ਹਸਬੈਂਡ ਬੀਵੀ ਨੂੰ ਕਹੂਗਾ ਕਿ ਤੂੰ ਐਕਸਟਰਾ ਮਾਰਟਲ ਅਫੇਅਰ ਬਣਾ ਲੈ, ਵਾਈਫ ਕਹੂਗੀ, ਇਹ ਨਹੀਂ ਹੈ ਕੋਰਟ ਦਾ ਜਿਹੜਾ ਮਤਲਬ ਸੀ। ਔਰ ਹੁਣੇ ਜੇ ਸਾਡੇ ਐਡਵੋਕੇਟ ਸਾਹਿਬ ਨੇ ਦੱਸਿਆ, ਦੇਖੋ ਕੋਈ ਵੀ ਕੋਰਟ, ਇਹ ਤਾਂ ਸੁਪਰੀਮ ਕੋਰਟ ਹੈ, ਦੈਟ ਗੋਜ਼ ਅਬਾਈਡ ਬਾਈ ਦਾ ਕੰਸਟੀਟਿਊਸ਼ਨ, ਯੂ ਨੋ, ਜਿਹੜਾ ਇਹ ਬਹੁਤ ਪੁਰਾਣਾ 158 ਈਅਰਸ ਓਲਡ ਲਾਅ ਜਿਹੜਾ ਬਣਿਆ ਹੋਇਆ ਸੀ, ਜਿੱਥੇ ਤੁਸੀਂ ਵੀ ਕਿਹਾ ਕਿ ਔਰਤ ਨੂੰ ਮਲਕੀਅਤ ਸਮਝਦੇ ਸੀ, ਔਰ ਸਾਡੀ ਪਾਰਟੀ ਤੋਂ ਔਰਤ ਨੂੰ ਕਦੇ ਮਲਕੀਅਤ ਨਹੀਂ ਸਮਝਦੀ, ਉਹਨੂੰ ਬਰਾਬਰ ਦਾ ਹੱਕਦਾਰ ਸਮਝਦੀ ਹੈ। ਔਰ ਉਹਨੇ ਉਹਨੇ ਜਦੋਂ ਤੁਸੀਂ ਓਵੈਸੀ ਦਾ ਨਾਮ ਦੱਸਿਆ, ਮੈਂ ਸੁਣ ਰਿਹਾ ਸੀ, ਸਾਡੀ ਸਰਕਾਰ ਨੇ ਪਹਿਲੀ ਵਾਰ ਇੱਕ 3 ਤਲਾਕ ਦਾ ਮੁੱਦਾ ਉਠਾਇਆ ਸੀ, ਤਾਂ ਉਹਨੂੰ ਵੀ ਤਾਂ ਬਰਾਬਰ ਦਾ ਹੱਕ, ਤਾਂ ਇਹ ਜਿਹੜਾ ਮੁੱਦਾ ਹੁਣ ਉਠਿਆ, ਡਿਸੀਜ਼ਨ ਸੁਪਰੀਮ ਕੋਰਟ ਕੇ 5 ਜੱਜਾਂ ਦਾ, ਸੁਪਰੀਮ ਅੰਦਰ ਕੁਝ ਹੋਰ ਕਹਿੰਦੇ ਹੋ ਤੁਸੀਂ? ਨਾ ਅੰਦਰ ਦੇਖੋ, ਅਸੀਂ ਤਾਂ ਆਰਗਿਊ ਕੀਤਾ, ਆਰਗਿਊ ਕਿਉਂ ਕਰਨਾ ਪਿਆ? ਨਹੀਂ ਨਹੀਂ ਆਰਗਿਊ ਨਹੀਂ, ਫਿਰ ਤੁਸੀਂ ਡਬਲ ਫੇਸ ਹੋ ਨਾ, ਦਾ ਮਤਲਬ ਨਾ ਡਬਲ ਫੇਸ ਨਹੀਂ ਹੁੰਦਾ। ਦੇਖੋ ਜੋ ਕੋਰਟ ਵਿੱਚ ਕੇਸ ਚੱਲਦਾ, ਹੁਣ ਤੁਹਾਨੂੰ ਪਤਾ ਮਜਬੂਰੀ ਹੈ, ਸੁਪਰੀਮ ਕੋਰਟ ਦਾ ਵਿਰੋਧ ਕਰ ਨਹੀਂ ਸਕਦੇ, ਕੋਈ ਮਜਬੂਰੀ ਨਹੀਂ, ਹੁਣ ਕਹਿ ਦਿਓ ਵੈਲਕਮ ਵੈਲਕਮ ਵੈਲਕਮ, ਟ੍ਰਿਪਲ ਤਲਾਕ ਵਿੱਚ ਕਿਹੜੀ ਮਜਬੂਰੀ ਸੀ? ਕੰਸੈਂਟ ਦੀ ਵਿਆਖਿਆ ਪ੍ਰੋਪਰ ਤੇ ਕਿਹੜਾ ਸਮਝਾ ਦਿਓ, ਕੰਸੈਂਟ ਹੈ ਕੀ ਹੈ, ਕੰਸੈਂਟ ਦਾ ਮਤਲਬ ਕੀ ਹੈ? ਕੰਸੈਂਟ ਦਾ ਇਹਨਾਂ ਨੂੰ ਸਮਝਾਂਗੇ ਵਕੀਲ ਸਾਹਿਬ, ਤੁਸੀਂ ਸਮਝਾਓ, ਟ੍ਰਿਪਲ ਤਲਾਕ ਵਿੱਚ ਕਿਹੜੀ ਮਜਬੂਰੀ ਸੀ ਸਾਨੂੰ? ਅਸੀਂ ਤਾਂ ਸਾਨੂੰ ਤਾਂ ਇਹਨਾਂ
तो साड़ी कोई मजबूरी नहीं साडे वास्ते। चलो मैनूं दस दो इस फैसले नाल तुहाडे वोट बैंक ते कोई असर नहीं पै रहा। नो नो साडे क्योंकि तुसीं उत्थे विरोध कीता ना। ना 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 मैं देखे पुरजोर विरोध ओह तो देखे साडा ए तां हक बणदा जदों केस किते पिटीशन आंदी ए साडे रूल दे विरोध करना हक बणदा चाहे सही होवे जां गलत होवे विरोध करने करना। ना ना सरकार दा काम तां है ते ओहनूं चंगी गल ते चंगी गल नहीं करनी माड़ी ते चंगी तो असीं करदे ही आ चंगी तो असीं करदे ही आ सरकार कोई भी ओपिनियन दे सकदी है। अच्छा अदिति शरण जी ਇਹ ਕੰਸੈਂਟ ਵਾਲਾ ਮਤਲਬ ਮੈਨੂੰ ਸਮਝਾਓ ਵਿਜੇ ਭਾਰਦਵਾਜ ਸਾਹਿਬ ਜਿਹੜਾ ਕੁਝ ਹੋਰ ਸਮਝਾ ਰਹੇ ਆ ਤੇ ਵਕੀਲ ਦੀ ਨਜ਼ਰ ਮੈਨੂੰ ਲੱਗਦਾ ਭਾਰਦਵਾਜ ਸਾਹਿਬ ਨੇ 497 ਦੀ ਵਿਆਖਿਆ ਚੰਗੀ ਤਰ੍ਹਾਂ ਨਹੀਂ ਪੜ੍ਹੀ ਕਿਉਂਕਿ ਉੱਥੇ ਲਿਖਿਆ ਗਿਆ ਹੈ ਕਿ ਵਿਦ ਕੰਸੈਂਟ ਐਂਡ ਕਨਾਈਵੈਂਸ ਆਫ ਦੀ ਹਸਬੈਂਡ ਪੰਜਾਬੀ ਚ ਜੇ ਅਸੀਂ ਇਹਨੂੰ ਕਹੀਏ ਸਹਿਮਤੀ ਤੇ ਮਿਲੀ ਭਗਤ ਬਿਲਕੁਲ ਪਹਿਲਾਂ ਕੀ ਹੁੰਦਾ ਸੀ ਕਿ ਜੇ ਆਪਣੇ ਹਸਬੈਂਡ ਦੀ ਮਿਲੀ ਭਗਤ ਹੈਗੀ ਹੈ ਜਾਂ ਉਹਦੀ ਸਹਿਮਤੀ ਹੈਗੀ ਹੈ ਫਿਰ ਇਹ ਜੁਰਮ ਨਹੀਂ ਹੈ। ਤੁਸੀਂ ਇਹਨੂੰ ਇਸ ਨਜ਼ਰੀਏ ਨਾਲ ਨਹੀਂ ਦੇਖ ਰਹੇ ਕਿ ਕਿੰਨਾ ਇੱਕ ਗਲਤ ਲਾਅ ਸੀਗਾ ਜਿਹਨੂੰ ਅੱਜ ਖਾਰਜ ਕੀਤਾ ਗਿਆ। ਜੇ ਪਤੀ ਸਹਿਮਤੀ ਦੇ ਦੇ ਫਿਰ ਜੁਰਮ ਨਹੀਂ, ਜੇ ਮਿਲੀ ਭਗਤ ਨਹੀਂ ਹੈ ਫਿਰ ਜੁਰਮ ਨਹੀਂ, ਤੇ ਜੇ ਉਹ ਕਿਸੇ ਵਿਆਹੀ ਹੋਈ ਔਰਤ ਨਾਲ ਸੰਬੰਧ ਬਣਾ ਲਏ ਤੇ ਜੁਰਮ ਹੈ, ਪਰ ਜੇ ਕਿਸੇ ਤਲਾਕਸ਼ੁਦਾ ਔਰਤ ਨਾਲ ਜੁਰਮ ਬਣਾ ਲਏ ਵਿਵਾਹਿਤ ਹੁੰਦੇ ਹੋਏ ਫਿਰ ਜੁਰਮ ਨਹੀਂ, ਕਿਸੇ ਸਿੰਗਲ ਔਰਤ ਨਾਲ ਜੇ ਸੰਬੰਧ ਏਦਾਂ ਦੇ ਲੈਂਗਿੰਗ ਸੰਬੰਧ ਬਣਾ ਲਏ ਫਿਰ ਜੁਰਮ ਨਹੀਂ। ਯਾਨੀ ਕਿ ਅਸੀਂ ਮੈਰਿਟਲ ਸਟੇਟਸ ਦੇ ਉੱਤੇ ਪੱਖਪਾਤੀ ਹੋ ਰਹੇ ਸੀ ਕਿ ਹਾਂ ਸਿਰਫ ਜੇ ਤੁਸੀਂ ਕਿਸੇ ਵਿਆਹੀ ਹੋਈ ਔਰਤ ਨਾਲ ਸੰਬੰਧ ਬਣਾਓਗੇ ਤਾਂ ਤੁਸੀਂ ਗਲਤ ਕਰ ਰਹੇ ਹੋ। ਮੈਨੂੰ ਸੌਖੇ ਸ਼ਬਦਾਂ ਵਿੱਚ ਥੋੜਾ ਸਮਝਾ ਦੋਗੇ, ਸੌਖੇ ਸ਼ਬਦਾਂ ਵਿੱਚ, ਕਿਉਂਕਿ ਦਰਸ਼ਕਾਂ ਨੂੰ ਸਮਝਾਉਣਾ। 497 ਦੇ ਵਿੱਚ ਸਿੰਪਲ ਜੀ ਜਿਹੜੀ ਭਾਸ਼ਾ ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਜੇ ਇੱਕ ਮਰਦ ਕਿਸੇ ਵਿਆਹੀ ਹੋਈ ਔਰਤ ਨਾਲ ਲੈਂਗਿੰਗ ਸੰਬੰਧ ਬਣਾਉਂਦਾ ਹੈ ਤੇ ਉਸ ਵਿਆਹੀ ਹੋਈ ਔਰਤ ਦਾ ਜਿਹੜਾ ਪਤੀ ਹੈਗਾ ਉਹ ਉਸ ਮਰਦ ਦੇ ਉੱਤੇ ਅਡਲਟਰੀ ਦਾ ਕੇਸ ਪਾ ਸਕਦਾ, ਬਸ਼ਰਤੇ ਉੱਥੇ ਸਹਿਮਤੀ ਨਹੀਂ ਹੈਗੀ ਉਸ ਪਤੀ ਦੀ ਤੇ ਕੋਈ ਕਨਾਈਵੈਂਸ ਨਹੀਂ ਹੈਗੀ, ਯਾਨੀ ਕਿ ਕੋਈ ਮਿਲੀ ਭਗਤ ਨਹੀਂ ਹੈਗੀ। ਇਹ ਕਹਿੰਦਾ ਸੀ 497 ਦਾ ਕਾਨੂੰਨ। ਹੁਣ ਤਾਂ ਕਹਿੰਦੇ ਕਿ ਇਹ ਗਲਤ ਹੈ, ਇਹ ਜੁਰਮ ਜਿਹੜਾ ਹੈਗਾ ਉਹ ਨਹੀਂ ਹੈਗਾ, ਉਹ ਖਾਰਜ ਹੀ ਕਰਤਾ ਨਾ, ਗੈਰ ਸੰਵਿਧਾਨਿਕ ਹੋ ਗਿਆ ਉਹ। ਸਿੰਘ ਸਾਹਿਬ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕ੍ਰਾਈਮ ਕੀ ਹੁੰਦਾ ਹੈ। ਕ੍ਰਾਈਮ ਪਬਲਿਕ ਦੇ ਅਗੇਂਸਟ ਹੁੰਦਾ ਹੈ, ਕੋਈ ਜੇ ਤੁਸੀਂ ਗਲਤ ਗੱਲ ਜੇ ਪੂਰੀ ਪਬਲਿਕ ਦੇ ਖਿਲਾਫ ਕਰੋ ਤਾਂ ਉਹਨੂੰ ਕ੍ਰਾਈਮ ਮੰਨਿਆ ਜਾਂਦਾ ਹੈ। ਜੇ ਤੁਸੀਂ ਆਪਣੇ ਪਰਸਨਲ ਰਿਲੇਸ਼ਨਸ ਦੇ ਵਿੱਚ ਉੱਥੇ ਕਰਦੇ ਹੋ ਤੇ ਤੁਹਾਡੇ ਕੋਲ ਸਿਵਲ ਰੈਮੇਡੀ ਹੈਗੀ, ਤੁਸੀਂ ਡਾਈਵੋਰਸ ਲੈ ਸਕਦੇ ਹੋ ਅਡਲਟਰੀ ਦੇ ਗਰਾਊਂਡ ਤੇ। ਥੋੜਾ ਜਿਹਾ 400 ਕੁੱਲ ਮਿਲਾ ਕੇ ਤੁਸੀਂ ਅਦਿਤੀ ਸ਼ਰਨ ਤੁਸੀਂ ਇਹ ਗੱਲ ਕਹਿਣਾ ਚਾਹ ਰਹੇ ਹੋ ਕਿ ਰਿਸ਼ਤੇ ਆ ਜਿਹੜੇ ਉਹਨਾਂ ਵਿੱਚ ਆਜ਼ਾਦੀ ਦਿੱਤੀ ਗਈ ਹੈ? ਨਹੀਂ, ਰਿਸ਼ਤਿਆਂ ਦੇ ਵਿੱਚ ਜਿਹੜੀ ਆਜ਼ਾਦੀ ਵੀ ਦਿੱਤੀ ਗਈ ਪਹਿਲੀ ਗੱਲ, ਤੇ ਜੇ ਰਿਸ਼ਤਿਆਂ ਦੇ ਵਿੱਚ ਕੁਝ ਵੀ ਗਲਤ ਹੁੰਦਾ ਤੇ ਤੁਹਾਡੇ ਕੋਲ ਸਿਵਲ ਰੈਮੇਡੀ ਹੈ, ਤੁਸੀਂ ਡਾਈਵੋਰਸ ਫਾਈਲ ਕਰ ਸਕਦੇ ਹੋ। ਯਾਨੀ ਕਿ ਦੋਨਾਂ ਨੂੰ ਬਰਾਬਰ ਜੱਜ ਕਰ ਦਿੱਤੇ। ਜੇ ਪਤੀ ਤੁਹਾਡੇ ਨਾਲ ਕੁਝ ਗਲਤ ਕਰ ਰਿਹਾ ਤੇ ਤੁਸੀਂ ਘਰੇਲੂ ਹਿੰਸਾ ਦਾ ਕੇਸ ਵੀ ਫਾਈਲ ਕਰ ਸਕਦੇ ਹੋ। ਉਹ ਤਾਂ ਹੈ ਹੀ ਆ, ਪਹਿਲਾਂ ਸੀਗਾ। ਸਾਰੇ ਕਾਨੂੰਨ ਹੈਗੇ। ਕਿਉਂ ਕਿਸੇ ਮਰਦ ਨੂੰ ਗਲਤ ਤਰੀਕੇ ਨਾਲ ਅਸੀਂ 5 ਸਾਲਾਂ ਦੇ ਲਈ ਜੇਲ੍ਹ 'ਚ ਭੇਜੀਏ ਕਿ ਫੇਰ ਪਰਿਵਾਰ ਇਕੱਠੇ ਹੋ ਜਾਣਗੇ ਕਿ ਫੇਰ ਬੱਚੇ ਖੁਸ਼ ਰਹਿਣਗੇ? ਕਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਭਾਰਦਵਾਜ ਸਾਹਿਬ? ਨਹੀਂ ਨਹੀਂ, ਉਹੀ ਗੱਲ ਆ ਗਈ ਨਾ। ਹੁਣ ਤੁਸੀਂ ਕਹਿ ਰਹੇ ਹੋ ਔਰਤਾਂ ਨੂੰ ਆਜ਼ਾਦੀ ਮਿਲ ਗਈ, ਔਰਤਾਂ ਨੂੰ ਕਦੀ ਆਜ਼ਾਦੀ ਮਿਲੀ? ਇਹ ਤਾਂ ਮਰਦਾਂ ਨੂੰ ਆਜ਼ਾਦੀ ਮਿਲੀ ਹੈ। ਸਮਾਜ ਨੂੰ ਆਜ਼ਾਦੀ ਮਿਲੀ ਹੈ। ਇਹ ਤਾਂ ਮਰਦਾਂ ਨੂੰ ਆਜ਼ਾਦੀ ਮਿਲੀ ਹੈ, ਪਹਿਲਾਂ ਮਰਦਾਂ ਦੇ ਉੱਤੇ ਕੇਸ ਪੈਂਦੇ ਸੀਗੇ, ਹੁਣ ਮਰਦਾਂ ਤੇ ਕੇਸ ਨਹੀਂ ਪੈਣਗੇ, ਔਰਤਾਂ ਦੀ ਆਜ਼ਾਦੀ ਕਦੀ ਆ ਗਈ? ਸਰ, ਕਿਉਂਕਿ ਔਰਤਾਂ ਨੂੰ ਜਾਇਦਾਦ ਸਮਝਿਆ ਜਾਂਦਾ ਸੀ। ਉਹ ਸ਼ਬਦ ਤੁਸੀਂ ਉਹ ਜਾਇਦਾਦ ਵਾਲੀ ਗੱਲ ਛੱਡੋ ਪਰੇ ਨਾ, ਇਹਦੇ ਵਿੱਚ 497 ਦੇ ਜਾਇਦਾਦ ਵਾਲੀ ਕੋਈ ਗੱਲ ਨਹੀਂ ਹੈ। ਬਿਲਕੁਲ ਹੈ ਜੀ, ਬਿਲਕੁਲ ਹੀ ਨਹੀਂ ਹੈ। ਤਾਂ ਕਰਕੇ ਲਿਆਈ ਗਈ ਹੈ। ਜੇ ਮੈਂ ਤੁਹਾਨੂੰ ਚਲੋ ਇਸ ਪਾਸੇ ਜੇ ਇਹਨਾਂ ਦੀ ਅਸੀਂ ਮੰਨ ਲੈਨੇ ਆਰਗੂਮੈਂਟ ਕਿ ਇੱਥੇ ਔਰਤਾਂ ਦੀ ਆਜ਼ਾਦੀ ਵਾਲੀ ਕੋਈ ਗੱਲ ਨਹੀਂ ਹੈਗੀ ਹੈ, ਫਿਰ ਔਰਤਾਂ ਨੂੰ ਕਿਉਂ ਨਹੀਂ ਹੱਕ ਦਿੱਤਾ ਗਿਆ ਕੇਸ ਫਾਈਲ ਕਰਨ ਦਾ? ਕੇਸ ਫਾਈਲ ਕਰਦੀਆਂ ਔਰਤਾਂ ਕਰਦੀਆਂ, ਜਿਹੜਾ 497 ਦੇ ਅੰਦਰ 497 ਦੀ ਵਾਈਫ ਜਿਹੜਾ ਹਸਬੈਂਡ ਕਿਸੇ ਹੋਰ ਦੀ ਵਾਈਫ ਨਾਲ ਸੰਬੰਧ ਬਣਾਉਂਦਾ, ਉਹਦੀ ਵਾਈਫ ਕੇਸ ਕਰਦੀ ਸੀਗੀ, ਉਹਦੇ ਤੇ ਕੇਸ ਕਰਦੀ ਸੀਗੀ। ਸਰ, ਤੁਸੀਂ ਇੱਕ ਵਾਰੀ ਆਈਪੀਸੀ, ਹੁਣ ਜਦ ਕੰਸੈਂਟ ਹੀ ਆ ਗਏ, ਕੰਸੈਂਟ ਆ ਗਏ ਤਾਂ ਕੀ ਬੰਦਾ ਕੀ ਕੀ ਕੇਸ ਕਰ ਲੂਗਾ? ਪਹਿਲੀ ਗੱਲ ਤਾਂ ਕੰਸੈਂਟ ਦਾ ਜਿਹੜਾ ਕੋਡ ਹੈਗਾ, ਆਪਕੋ ਐਸਾ ਕਿਉਂ ਲੱਗਦਾ ਹੈ ਕਿ ਆਪਣੀ ਜਜਮੈਂਟ ਦੇ ਵਿੱਚ ਨਹੀਂ ਉਸ? ਮੈਂ ਬਰਦਵਾਲ ਸਾਹਿਬ ਸੇ ਇੱਕ ਸਵਾਲ ਕਰਨਾ ਚਾਹੂੰਗਾ, ਆਪਕੋ ਐਸਾ ਕਿਉਂ ਲੱਗਤਾ ਹੈ ਕਿ ਲੋ ਕੀ ਵਜ੍ਹਾ ਸੇ ਹੀ ਹਮ ਰੁਕੇ ਹੋਏ ਥੇ? ਯੇ ਲੋ ਖਤਮ ਹੋਤੇ ਹੀ ਸਬ ਲੋਗ ਐਡਲਟਰੀ ਕਰਨਾ ਚਾਲੂ ਕਰ ਦੇਂਗੇ? ਯੇ ਲੋ ਖਤਮ ਹੋਤੇ ਹੀ ਕਿਆ ਹਮ ਲੋ ਬਨੇ ਹੋਏ ਤਬ ਵੀ ਹੋਤੇ ਜਾ ਰਹੇ ਹੈ? ਯੇ ਲੋ ਕੀ ਵਜ੍ਹਾ ਸੇ ਨਹੀਂ ਥਾ? ਅਗਰ ਆਪਕੋ ਆਪਣੀ ਨੈਤਿਕਤਾ ਪੇ ਮੋਰਲਿਟੀ ਪੇ ਇਤਨਾ ਹੀ ਭਰੋਸਾ ਦੇ ਦੀ ਹੈ ਵੀ ਆਪ ਹੀ ਕੰਸੈਂਟ, ਹਸਬੈਂਡ ਆਪਣੀ ਵਾਈਫ ਕੋ ਕੰਸੈਂਟ ਦੇ ਸਕਤਾ ਹੈ ਕਿ ਵਾਈਫ ਆਪਣੇ ਹਸਬੈਂਡ ਕੋ ਕੰਸੈਂਟ ਦੇ ਸਕਤੀ ਹੈ ਕਿਸੇ ਸੇ ਰਿਲੇਸ਼ਨ ਕਰਨੇ ਕੇ ਲਿਏ? ਹਮ ਉਸ ਦੀ ਬਾਤ ਕਰ ਰਹੇ ਹਾਂ, ਛੋਟਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ। ਕੌਮਾਂਤਰੀ ਪੱਧਰ ਤੇ ਅਸੀਂ ਬਰਾਬਰੀ ਲਈ ਕਿੰਨੇ ਤਿਆਰ ਹੈ ਕਿ? ਕਿਉਂਕਿ ਜਦੋਂ ਕਾਨੂੰਨ ਇੱਕ ਨਵੀਂ ਪਰਿਭਾਸ਼ਾ ਤੈਅ ਕਰਦਾ ਹੈਗਾ ਤਾਂ ਫਿਰ ਉਸਦਾ ਸਵਾਗਤ ਵੀ ਕਰਨਾ ਬਣਦਾ, ਵਿਰੋਧ ਵੀ ਕਰਨਾ ਬਣਦਾ, ਅਤੇ ਉਹ ਸਭ ਕੁਝ ਹੋ ਰਿਹਾ ਸੋਸਾਇਟੀ ਦੇ ਵਿੱਚ। ਪਰ ਅਸਲ ਵਿੱਚ ਸਵਾਲ ਇਹ ਹੈਗਾ ਕਿ ਸਮਾਜ ਸਿਰਫ ਉਹਨਾਂ ਦਾਇਰਿਆਂ ਦੇ ਵਿੱਚ ਹੀ ਬੰਨਿਆ ਹੋਇਆ ਕਿ ਕਾਨੂੰਨ ਆ ਕਹੂਗਾ ਅਤੇ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਊਗਾ, ਜਿਹੜਾ ਆਪਸੀ ਸਮਾਜਿਕ ਤਾਣਾ ਬਣਾ ਉਹ ਪਹਿਲਾਂ ਕਿੰਨਾ ਹਿੱਲ ਚੁੱਕਿਆ ਹੈਗਾ, ਸਵਾਲ ਉਸ 'ਤੇ ਵੀ ਹੈਗਾ, ਉਸ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ ਉਦੋਂ ਕਹਿੰਦੇ ਆ ਸੁਪਰੀਮ ਕੋਰਟ ਆ ਜਿਹੜਾ ਉਹ ਕੌਮਾਂਤਰੀ ਕਾਨੂੰਨ ਦੇ ਸਰਨਾਵੇਂ ਹੇਠ, ਕੌਮਾਂਤਰੀ ਕਾਨੂੰਨ ਦੇ ਪਰਛਾਵੇਂ ਹੇਠ ਕੰਮ ਕਰ ਰਿਹਾ। ਵਰਿਕ ਤੋਂ ਵਾਪਸ ਆ ਕੇ ਆਖਰੀ ਹਿੱਸੇ ਵਿੱਚ ਹੋਵਾਂਗੇ ਇਸ ਮਰਜ਼ੀ ਦੇ ਮਾਇਨੇ ਕੀ।
अडल्टरी ते सुप्रीम कोर्ट के फैसले का समाजिक ढांचे ते की असर होगा? विनोद कुमार जी, अचानक से विनोद कुमार जी, मैं सवाल यह करना चाहना तुम्हें, असी अक्सर जो विआह की गल होंगी तो कहते सत जन्मों का साथ, मरांगी तेरे नाल, जीवांगी तेरे नाल, वो सब कुछ हुण खत्म हो गया? बिल्कुल समाज पूछ रहा। बिल्कुल नहीं होगा। हमारा प्रॉब्लम क्या है कि हम एक मिडिल क्लास मोरलिटी से पूरे समाज को देखने की कोशिश करते हैं। हमारा समाज में शेड्यूल कास्ट हैं, ट्राइब्स हैं, माइनॉरिटीज़ हैं, डिफरेंट कास्ट क्लास, रीजन रिलीजन, बहुत सारी कॉम्प्लेक्स सोशल ताना बाना है। लाखों करोड़ों लोगों को इस देश में पता भी नहीं होगा कि ये 497 था क्या और ये किस तरीके से, सही कह रहे हो, नहीं पता। लेकिन इससे अचानक से कोई चेंज नहीं आएगा। जो अर्बन मिडिल क्लास और अपर क्लास है उसमें चेंज ऑलरेडी आ रहा है और बहुत रैपिड आ रहा है। और ज्यों ज्यों हम ज़्यादा कॉम्प्लेक्स सोसाइटी बनते जाएंगे, चेंज ऊपर से आएगा और फिर धीरे धीरे नीचे की तरफ आना चालू होगा। तो इसमें इक्वालिटी ज़्यादा आएगी, कंसेंट जो विमेन को हम इग्नोर कर रहे थे वो ज़्यादा आएगा, महिलाओं की भागीदारी बढ़ेगी फैसले लेने में, और महिलाओं को जो हम प्रॉपर्टी समझ रहे थे, जो पत्नी शब्द है उसका मतलब ही भाषाई या लिंगुअल तौर पे अगर आप देखेंगे तो उसका मतलब है कि पति उसका ठेकेदार है या उसका उसको ओन करता है, ओनरशिप राइट है। पति पत्नी जो शब्द है इन्हें भी चैलेंज करना बनता है? नहीं, हस्बैंड वाइफ ठीक है, पति पत्नी ठीक नहीं, हस्बैंड वाइफ ठीक है। अभी भारद्वाज जी का प्रॉब्लम क्या है, एक तरीके से तो सांस्कृतिक राष्ट्रवाद की बात करते हैं, दूसरे तरीके से ये अंग्रेजों की बात करते हैं कि अंग्रेजों ने, आप अंग्रेजों की बात कर रहे हो, आप उनको उनको महान बता रहे हो, मॉडर्न, उनको मॉडर्न कह रहे हो, अपने अपने कल्चर को आप इक्वल कह रहे हो। पूरी जिंदगी गुलाम रखना चाहते, गुलाम रहना चाहते, पता गल की है, आप इस चीज इस तरीके सोची देखिए, फिर एक बार सारे कहने अंग्रेजा ने गुलामी वाल वधाया, लगता है बराबरी मिल रही है, फिर विरोध कर रहे हैं, जेड़ा ढांचा समाजिक ढांचा बिगाड़न की कोशिश हो रही है, परिवारों नूं बिगाड़न की कोशिश हो रही है, इन्हां ने एक मूवमेंट चलाई हुई है, पहला प्यो दा जिहड़ी हुण अपनी गवर्नमेंट कह लो भी एक इंटरनेशनल लॉ कह लो, उन्हां ने मूवमेंट यह चलाई हुई है, पहला गवर्नमेंट दा विरोध करदा सी, किते भी बच्चे दे बाप दा नाम हुंदा सीगा, हुण सिर्फ मां दा नाम, हुण पता है भी हुण ऐसा माहौल आने वाला है भी मां नूं इह नहीं पता लगना बच्चा किहदा है, परिवार के हकों की लड़ करते पे, महिलाओं की गल करते, परिवार बहुत वही गल कह रहे हो, पता ही लगना कि जवाक है, गल कह सकते हो, महिला सवाल चुक रहे हो, फिर हुण भी ना बोलो। देखिए प्रॉब्लम क्या है कि आप एक तरफ तो अंग्रेजों के बनाए हुए कानून की तारीफ कर रहे हैं, दूसरी तरफ आप संस्कृति की बात कर रहे हैं, तीसरी तरफ आप अंग्रेजों के कानून की तारीफ कर रहे हैं, अंग्रेजों की तारीफ हम कहां कर रहे हैं, इनडायरेक्टली आप क्या कर रहे हैं? सुनवारे साहब, इन्होंने सरकार से सवाल चुके हैं, तुसीं तां उत्थे विरोध करदे पे हो, एक गल नाले भी कहिंदे आ कि कमांतरी जिहड़ा ढांचा हैगा उसके मुताबिक तुसीं सारे लोग चलने की कोशिश कर रहे हो। केपी जी, जे असी सारे आज दा जजमेंट जिहड़ा पांच जजों दा जजमेंट आया ने, उन्हें एक एक पॉइंट पूरा डिटेल, डिस्पाइट अवर विरोध, साड़ी सरकार ने इहदा विरोध किया सी, पर मैं कहा कि ए देखिए जो केस कोर्ट विच हुंदा है तो पक्ष भी ते विपक्ष भी गल हुंदा है, बट जिहड़ा हुण डिसीजन आके निकलिया है, पांच जजां दा जजमेंट आया है, उहदे पूरा डिटेल लिखिया हुआ है, और इस जजमेंट नूं कोई चैलेंज करने का कम होता ही नहीं है, क्यों उत्थे जिन्होंने टच किया ने कि जिहड़ी औरत है वो मलकियत नहीं है, बहुत डिटेल में चीफ जस्टिस मिश्रा ने लिखा हुआ है, लिखा है कि आई वी एंड यू, वो जड़ी सब चीज़ें ने हुण ये ऑब्सलीट हो गई ने, और आज का जमान बिकॉज यू नो
ਹੁਣ ਇਕੁਐਲਿਟੀ ਦਾ ਸਮਾਨ ਜ਼ਮਾਨਾ ਹੈ ਹਰੇਕ ਚੀਜ਼ ਦਾ। ਹੁਣ ਵਕੀਲ ਸਾਹਿਬ ਨੇ ਸਾਰੇ ਤਿੰਨੋਂ ਆਰਟੀਕਲ ਪੜ੍ਹ ਕੇ ਦਿਖਾਏ ਕੰਸਟੀਟਿਊਸ਼ਨ ਦੇ। ਕੋਰਟ ਜਿਹੜਾ ਡਿਸੀਜਨ ਦਿੰਦੀ ਹੈ ਉਹ ਕੰਸਟੀਟਿਊਸ਼ਨ ਨੇ ਮੱਦੇ ਨਜ਼ਰ ਰੱਖ ਕੇ ਦਿੰਦੀ ਨੇ, ਆਸਥਾ ਵਿਸ਼ਵਾਸ ਤੇ ਨਹੀਂ ਦਿੰਦੀ। ਇਹ ਅਜੀਤ ਸ਼ਰੋਨ ਜੀ, ਆਪਾਂ ਹੁਣ ਆਖਰੀ ਕਮੈਂਟ ਤੁਹਾਡਾ ਚਾਹੀਦੀ ਹੈ। ਜਿਹੜੀ ਮੈਚਿਓਰਟੀ ਲੈਵਲ ਹੈ ਇਸ ਕਾਨੂੰਨ ਨੂੰ ਗੈਰ ਸੰਵਿਧਾਨਿਕ ਕਰਾਰ ਦੇਣ ਦੇ ਨਾਲ, ਉਹ ਮੈਚਿਓਰਟੀ ਲੈਵਲ ਸਾਡਾ ਅਪ ਹੋਵੇਗਾ, ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈਗਾ ਉਹ ਮਜ਼ਬੂਤ ਹੋਵੇਗਾ, ਜਾਂ ਉਸ ਵਿੱਚ ਬਰਾਬਰੀ ਦਾ ਅਧਿਕਾਰ ਮਿਲੇਗਾ, ਕੀ ਹੈਗਾ? ਬਿਲਕੁਲ ਸਿੰਘ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਸਮਾਜਿਕ ਢਾਂਚਾ ਹੈ ਉਹ ਹੋਰ ਮਜ਼ਬੂਤ ਹੋਏਗਾ, ਅਸੀਂ ਹੋਰ ਇੱਕ ਸਮਝਦਾਰੀ ਨਾਲ ਇਸ ਚੀਜ਼ ਨੂੰ ਦੇਖਾਂਗੇ। ਜੇ ਆਪਸੀ ਸੰਬੰਧਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਤੁਹਾਡੀ ਆਪਸ 'ਚ ਨਹੀਂ ਨਿਭਦੀ, ਤਾਂ ਉਹਦੇ ਲਈ ਵੀ ਕਾਨੂੰਨ ਆਲਰੇਡੀ ਹੈਗਾ। ਇੱਦਾਂ ਦੀ ਕੋਈ ਗੱਲ ਨਹੀਂ ਕਿ ਔਰਤਾਂ ਦੇ ਕਾਨੂੰਨ ਜਿਹੜੇ ਹੈਗੇ ਆ ਔਰਤਾਂ ਦੇ ਹੱਕ ਛਿੰਨੇ ਜਾਣਗੇ, ਜਾਂ ਫਿਰ ਮਰਦਾਂ ਨੂੰ ਬਹੁਤ ਜ਼ਿਆਦਾ ਇੱਥੇ ਆਜ਼ਾਦੀ ਦਿੱਤੀ ਗਈ ਹੈ। ਇੱਕ ਹੋਰ ਗੱਲ ਮੈਂ ਦਰਸ਼ਕਾਂ ਨੂੰ ਇੱਥੇ ਕਹਿਣਾ ਚਾਹਾਂਗੀ, ਬਾਰ ਬਾਰ ਪੈਨਲਿਸਟ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਦਾ ਅਸੀਂ ਜਿਹੜਾ ਹੈਗਾ ਉਹਨੂੰ ਅਪਲਾਈ ਕਰ ਰਹੇ ਹਾਂ ਇੰਡੀਅਨ ਲਾਅ 'ਤੇ। ਅੰਤਰਰਾਸ਼ਟਰੀ ਕਾਨੂੰਨ ਤਾਂ ਇਹ ਕਹਿੰਦਾ ਹੀ ਨਹੀਂ। ਅੰਤਰਰਾਸ਼ਟਰੀ ਕਾਨੂੰਨ ਤਾਂ ਸਿੰਪਲ ਜੀ ਗੱਲ ਕਹਿੰਦਾ ਹੈ ਕਿ ਜਿੰਨੇ ਵੀ ਰਾਸ਼ਟਰ ਸਾਡੇ ਸੰਘ ਦੇ ਵਿੱਚ ਹੈਗੇ ਹੈ ਉਹਨਾਂ ਦੇ ਆਪਸੀ ਡੋਮੈਸਟਿਕ ਜਿਹੜੇ ਕਾਨੂੰਨ ਹੈਗੇ ਉਹ ਉੱਦਾਂ ਹੀ ਰਹਿਣ। ਬਸ ਇੱਕ ਗੱਲ ਹੈਗੀ, ਜਿੰਨੀ ਵੀ ਇੰਟਰਨੈਸ਼ਨਲ ਕਨਵੈਨਸ਼ਨਸ ਨੇ ਅੰਤਰਰਾਸ਼ਟਰੀ ਕਾਨੂੰਨ ਨੇ ਉਹਨਾਂ ਦਾ ਉਲੰਘਣ ਨਾ ਹੋਵੇ, ਅਤੇ ਇੱਦਾਂ ਦਾ ਅਡਲਟਰੀ ਦੇ ਕੋਈ ਕਾਨੂੰਨ ਹੀ ਨਹੀਂ ਅੰਤਰਰਾਸ਼ਟਰੀ ਕਾਨੂੰਨ ਦੇ ਵਿੱਚ। ਉੱਥੇ ਤਾਂ ਇਹ ਹੈਗਾ ਕਿ ਵਿਮੈਨ ਰਾਈਟਸ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਫਜ਼ੂਲ ਦਾ ਕਾਨੂੰਨ ਸੀ ਇਹ? ਬਿਲਕੁਲ ਬਿਲਕੁਲ ਫਜ਼ੂਲ ਦਾ ਕਾਨੂੰਨ ਸੀ, ਜਿਹਦੇ ਨਾਲ ਕੀ ਹੋ ਰਿਹਾ ਸੀ ਕਿ ਗਲਤ ਤਰੀਕੇ ਨਾਲ ਬਹੁਤ ਲੋਕਾਂ ਨੂੰ ਸਜ਼ਾ ਦਿੱਤੀ ਜਾ ਰਹੀ ਸੀ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਅੱਜ ਦਾ ਦੌਰ, ਅੱਜ ਦਾ ਕਾਨੂੰਨ, ਸੰਵਿਧਾਨ ਸਾਡਾ ਕੀ ਕਹਿੰਦਾ ਕਿ ਹਰ ਇੱਕ ਇਨਸਾਨ ਨੂੰ, ਬਸ਼ਰਤੇ ਉਹ ਜਿਹੜੀ ਮਰਜ਼ੀ ਕਾਸਟ ਤੋਂ ਹੈ, ਜਿਹੜੀ ਮਰਜ਼ੀ ਸੈਕਸ ਤੋਂ ਹੈ, ਜਿਹੜੇ ਮਰਜ਼ੀ ਕਲਰ ਦਾ ਉਹ ਹੈਗਾ, ਉਹਨਾਂ ਨੂੰ ਹਰ ਚੀਜ਼ ਦੀ ਆਜ਼ਾਦੀ ਹੈ, ਖਾਣ ਦੀ, ਪੀਣ ਦੀ, ਆਪਣਾ ਕੰਮ ਕਰਨ ਦੀ, ਕਿਹੜੇ ਰੱਬ ਨੂੰ ਮੰਨਣਾ ਉਹਦੀ। ਅਤੇ ਪੰਜਵੀਂ ਗੱਲ ਹੁਣ ਜਿਹੜੀ ਮੈਂ ਕਹਿਣ ਜਾ ਰਹੀ ਹਾਂ ਕਿ ਲੈਂਗਿਕ ਸੰਬੰਧ ਵੀ ਆਪਣੀ ਮਰਜ਼ੀ ਨਾਲ ਬਣਾਉਣ ਦੀ ਆਜ਼ਾਦੀ ਹੈਗੀ ਹੈ, ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ, ਉੱਥੇ ਅਸੀਂ ਤਾਲਾ ਨਹੀਂ ਲਗਾ ਸਕਦੇ। ਇਹ ਇੱਕ 18 ਸਾਲ ਤੋਂ ਉੱਤੇ ਦੇ ਬੰਦੇ ਨੂੰ ਆਪ ਸਮਝਦਾਰ ਹੋਣਾ ਚਾਹੀਦਾ, ਆਪ ਸੋਚਣਾ ਕਿ ਮੈਂ ਕਿੱਥੇ ਸੰਬੰਧ ਬਣਾਉਣੇ ਆ। ਅਤੇ ਜੇ ਭਾਰਦਵਾਜ ਸਾਹਿਬ ਨੂੰ ਲੱਗਦਾ ਜਾਂ ਹੋਰ ਇਹਨਾਂ ਦੇ ਅਨੁਯਾਈਆਂ ਨੂੰ, ਇਹਨਾਂ ਦੇ ਸੰਘ ਨੂੰ ਲੱਗਦਾ ਕਿ ਇਹਦੇ ਨਾਲ ਪਰਿਵਾਰ ਟੁੱਟਣਗੇ, ਅਤੇ ਪਰਿਵਾਰ ਨੂੰ ਇੱਦਾਂ ਦੇ ਫਿਰ ਝੂਠੇ ਰਿਸ਼ਤੇ ਨਿਭਾਉਣ ਦੀ ਕੋਈ ਲੋੜ ਨਹੀਂ, ਜੇ ਉਹਨਾਂ ਨੂੰ ਲੱਗਦਾ ਕਿ ਆਪਸੀ ਪਤੀ ਪਤਨੀ ਦੇ ਸੰਬੰਧਾਂ ਦੇ ਵਿੱਚ ਕੋਈ ਵੀ ਖਰਾਬੀ ਆ ਰਹੀ ਹੈ, ਅਤੇ ਉਹ ਕੋਰਟ 'ਚ ਜਾਣ, ਉਹ ਡਾਇਵੋਰਸ ਦਰਜ ਕਰਨ। ਅਡਲਟਰੀ ਹਜੇ ਵੀ ਉੱਥੇ ਇੱਕ ਗਰਾਊਂਡ ਹੈਗਾ। ਜੇ ਉਹਨਾਂ ਨੂੰ ਲੱਗਦਾ ਕਿ ਔਰਤਾਂ ਦੇ ਉੱਤੇ ਘਰੇਲੂ ਹਿੰਸਾ ਹੋ ਰਹੀ ਹੈ, ਫਿਰ ਘਰੇਲੂ ਹਿੰਸਾ ਦਾ ਕੇਸ ਫਾਈਲ ਕਰਨ। ਪਰ 497 ਜੈਸੇ ਕਾਨੂੰਨ ਦੀ ਅੱਜ ਦੇ ਦੌਰ 'ਚ ਸੰਵਿਧਾਨ ਦੇ ਹਿਸਾਬ ਨਾਲ ਕੋਈ ਲੋੜ ਨਹੀਂ। ਚਲੋ ਆਖਰੀ ਕਮੈਂਟ ਮੈਨੂੰ ਤੁਹਾਡਾ ਚਾਹੀਦਾ, ਖੁਸ਼ੀ ਕੌਣ ਮਨਾਊਗਾ ਇਸ ਫੈਸਲੇ 'ਤੇ? ਅੱਜ ਇਹ ਜਿਹੜੀ ਖੁਸ਼ੀ ਮਨਾਊਗਾ ਸਾਡਾ ਸੰਵਿਧਾਨ ਮਨਾਊਗਾ, ਅਤੇ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਮਨਾਉਣੀ ਚਾਹੀਦੀ ਹੈ, ਕਿਉਂਕਿ ਇਹ ਸਾਡੀ ਸਾਰਿਆਂ ਦੀ ਜਿੱਤ ਹੈ। ਸਿਰਫ ਔਰਤਾਂ ਦੀ, ਸਿਰਫ ਮਰਦਾਂ ਦੀ ਨਹੀਂ, ਇੱਕ ਕਿਸੇ ਪਰਟੀਕੁਲਰ ਪੋਲੀਟੀਕਲ ਪਾਰਟੀ ਦੀ ਨਹੀਂ, ਪਰ ਸਾਡੀ ਸਾਰਿਆਂ ਦੀ ਇਹ ਜਿੱਤ ਹੈ। ਆਜ਼ਾਦੀ ਦਾ ਅੱਜ ਇੱਕ ਦਿਨ ਹੈ, ਸੰਵਿਧਾਨ ਕਿਉਂਕਿ ਅੱਜ ਜਿੱਤੇ ਹੈ। ਬਹੁਤ ਧੰਨਵਾਦ ਅਦਿਤੀ ਸ਼ਰੋਨ ਤੁਹਾਡਾ, ਏ ਪੀ ਸਨੋਰੀ ਤੁਹਾਡਾ, ਵਿਨੋਦ ਕੁਮਾਰੀ ਤੁਹਾਡਾ, ਵਿਜੇ ਭਾਰਦਵਾਜੀ ਤੁਹਾਡਾ, ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਰਿਸ਼ਤਿਆਂ ਦੀ ਨਵੀਂ ਪਰਿਭਾਸ਼ਾ ਤਾਂ ਨਹੀਂ ਲਿਖੀ ਜਾਵੇਗੀ, ਪਰ ਰਿਸ਼ਤੇ ਮਜਬੂਰੀ 'ਚ ਨਹੀਂ ਰਹਿਣਗੇ, ਰਿਸ਼ਤੇ ਮਜ਼ਬੂਤੀ ਵੱਲ ਵਧਣਗੇ, ਇਹ ਵਕੀਲ ਸਾਹਿਬਾਂ ਦਾ ਕਹਿਣਾ ਹੈਗਾ, ਕਿਉਂਕਿ ਇੱਕ ਮਹਿਲਾ ਵੀ ਇਹਨੇ ਨਾਲ। ਪਰ ਸਭ ਤੋਂ ਵੱਡਾ ਸਵਾਲ ਹੈ ਜਿਹੜਾ, ਇਸ ਸਮਾਜ ਦੇ ਵਿੱਚ ਹਜੇ ਬਦਲਣ 'ਚ ਵਕਤ ਲੱਗੇਗਾ, ਇਸ ਚੀਜ਼ਾਂ ਨੂੰ ਸਮਝਣ ਵਿੱਚ ਵਕਤ ਲੱਗੇਗਾ, ਉੱਤੋਂ ਤੋਂ ਲੈ ਕੇ ਥੱਲੇ ਤੱਕ ਕਿਹੜੇ ਬਦਲਾਅ ਹੋ ਰਿਹਾ, ਇਸ ਬਦਲਾਅ ਦੇ ਨਾਲ ਸਾਨੂੰ ਚੱਲਣਾ ਪਵੇਗਾ। ਮੈਂ ਇੱਥੇ ਕੋਈ ਫੈਸਲਾ ਨਹੀਂ ਸੁਣਾ ਰਿਹਾ, ਸੁਪਰੀਮ ਕੋਰਟ ਨੇ ਜੋ ਫੈਸਲਾ ਸੁਣਾਇਆ, ਸੁਪਰੀਮ ਕੋਰਟ ਦੇ ਜੇ ਸੰਵਿਧਾਨਕ ਬੈਂਚ ਦੇ ਜੱਜ, 5 ਜੱਜ ਇਹ ਫੈਸਲਾ ਸੁਣਾ ਰਿਹਾ, ਤਾਂ ਉਹਨਾਂ ਨੇ ਬਹੁਤ ਸੋਚ ਸਮਝ ਕੇ, ਘੋਖ ਕੇ ਇਹ ਫੈਸਲਾ ਸੁਣਾਇਆ ਹੋਵੇਗਾ। ਇਸ ਮਰਜ਼ੀ ਦੇ ਮਾਇਨੇ ਕੀ ਹੈ, ਇਸ ਚਰਚਾ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ, ਪਰ ਕਈ ਸੋਚਾਂ ਜਿਹੜੀਆਂ ਉਹ ਪੁਰਾਣੀਆਂ ਵੀ ਹੁੰਦੀਆਂ, ਉਹਨਾਂ ਸੋਚਾਂ ਨੂੰ ਵੀ ਵਿਚਾਰ ਕਰਨਾ ਹੋਵੇਗਾ ਕਿ ਸਮਾਂ ਬਦਲ ਰਿਹਾ, ਸਮਾਜ ਬਦਲ ਰਿਹਾ, ਅਤੇ ਤੁਸੀਂ ਉਸ ਬਦਲਾਅ ਦੇ ਦੌਰ ਵਿੱਚ ਇਹ ਬਦਲਾਅ ਮਹਿਸੂਸ ਕਰੋ, ਨਹੀਂ ਤਾਂ ਬਹੁਤ ਪਿੱਛੇ ਰਹਿ ਜਾਓਗੇ। ਬਹੁਤ ਧੰਨਵਾਦ।